ਅੱਜ ਦਾ ਦਿਨ ਇੱਕ ਵਿਸ਼ੇਸ਼ ਮਹੱਤਵਪੂਰਨ ਦਿਨ ਹੈ ਕਿਉਂਕਿ ਅੱਜ ਦੇ ਦਿਨ ਸੰਸਾਰ ਦੇ ਇਤਿਹਾਸ ਦੇ ਵਿੱਚ ਇੱਕ ਅਜਿਹੀ ਘਟਨਾ ਘਟੀ ਜੋ ਕਦੇ ਅੱਜ ਤੋਂ ਪਹਿਲਾਂ ਨਹੀਂ ਕਦੇ ਵੀ ਘਟੀ, ਨਾ ਹੀ ਆਉਣ ਵਾਲੇ ਸਮੇਂ ਵਿੱਚ ਕਦੇ ਉਹੋ ਜਿਹੀ ਘਟਨਾ ਦੇ ਹੋਣ ਦਾ ਕਿਆਸ ਵੀ ਲਗਾਇਆ ਜਾ ਸਕਦਾ ਹੈ। ਇਹ ਘਟਨਾ ਹੈ ਖਾਲਸੇ ਦਾ ਪ੍ਰਗਟ ਹੋਣਾ। ਖਾਲਸੇ ਦੀ ਸਿਰਜਣਾ ਗੁਰੂ ਨਾਨਕ ਦੇਵ ਜੀ ਨੇ ਸ਼ੁਰੂ ਕਰ ਦਿੱਤੀ ਸੀ। ਗੁਰੂ ਨਾਨਕ ਦੇਵ ਜੀ ਨੇ ਜਦੋਂ ਸਿਧਾਂਤਕ ਤੌਰ ਉੱਤੇ ਸਾਨੂੰ ਕਿਹਾ ਸੀ, ਜੋ ਤਉ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀ ਜੈ, ਸਿੱਧੀ ਜੈ ਕਾਨ ਨਾ ਕੀ ਜੈ। ਤਾਂ ਉਹਨਾਂ ਨੇ ਸਾਡੇ ਲਈ ਸਭ ਤੋਂ ਪਹਿਲਾਂ ਹੀ ਇਹ ਟਾਰਗੇਟ ਰੱਖ ਦਿੱਤਾ ਸੀ ਕਿ ਮੈਂ ਇੱਕ ਅਜਿਹਾ ਪੰਥ ਸਾਜਣਾ ਚਾਹੁੰਦਾ ਹਾਂ ਜਾਂ ਇੱਕ ਅਜਿਹੀ ਕੌਮ ਦੀ ਸਿਰਜਣਾ ਕਰਨਾ ਚਾਹੁੰਦਾ ਹਾਂ ਜੋ ਕਿ ਮੌਤ ਤੋਂ ਨਾ ਡਰੇ। ਮਰਨ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡਿਆਸ, ਤਾਂ ਫਿਰ ਉਸ ਤੋਂ ਬਾਅਦ ਮੇਰੇ ਕੋਲ ਆਓ। ਕਹਿੰਦੇ ਕਿ ਪਹਿਲਾਂ ਤੁਸੀਂ ਆਪਣੇ ਆਪ ਨੂੰ ਮਰਨ ਦੇ ਲਈ ਤਿਆਰ ਕਰ ਲਵੋ, ਤਾਂ ਹੀ ਤੁਸੀਂ ਮੇਰੇ ਕੋਲ ਆਉਣ ਦੇ ਯੋਗ ਬਣ ਸਕਦੇ ਹੋ। ਇਹ ਸਿਧਾਂਤ ਗੁਰੂ ਨਾਨਕ ਦੇਵ ਜੀ ਨੇ ਸਾਡੇ ਸਾਹਮਣੇ ਪਹਿਲਾਂ ਹੀ ਰੱਖ ਦਿੱਤਾ ਸੀ। ਅਤੇ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਕਿਹਾ ਹੈ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਪੰਥ ਤਾਂ ਗੁਰੂ ਨਾਨਕ ਦੇਵ ਜੀ ਨੇ ਚਲਾ ਹੀ ਦਿੱਤਾ ਸੀ। ਜਿਵੇਂ ਕਲਾਸਾਂ ਹੁੰਦੀਆਂ ਹਨ, ਪਹਿਲੀ ਕਲਾਸ ਤੋਂ ਬਾਅਦ ਦੂਜੀ ਵਿੱਚ ਜਾਂਦਿਆਂ, ਤੀਜੀ ਵਿੱਚ ਜਾਂਦਿਆਂ, ਹੌਲੀ ਹੌਲੀ ਅਸੀਂ ਸਪੈਸ਼ਲਿਸਟ ਦੀ ਪਦਵੀ ਤੱਕ ਪਹੁੰਚਦੇ ਹਾਂ। ਇਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਜਦੋਂ ਇਸ ਪੰਥ ਦੀ ਸਿਰਜਣਾ ਕੀਤੀ, ਤਾਂ ਹੌਲੀ 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 ਜਦੋਂ ਮਨੁੱਖ ਆਪਣੇ ਇਹਨਾਂ ਅਸੂਲਾਂ ਵਿੱਚ ਪਰਪੱਕ ਹੁੰਦਾ ਗਿਆ, ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਖਾਲਸੇ ਨੂੰ ਪਰਖਣ ਵਾਸਤੇ ਤਲਵਾਰ ਦੀ ਧਾਰ ਵਰਤੀ ਅਤੇ ਖਾਲਸਾ ਇਸ ਤਲਵਾਰ ਦੀ ਧਾਰ ਦੀ ਕਸਵੱਟੀ ਵਿੱਚੋਂ ਪੂਰਾ ਹੋ ਨਿਤਰਿਆ। ਅਤੇ ਇਸ ਤਰ੍ਹਾਂ ਖਾਲਸਾ ਪੰਥ ਜੋ ਕਿ ਗੁਰੂ ਨਾਨਕ ਦੇਵ ਜੀ ਨੇ ਸਾਜਿਆ ਸੀ, ਉਹ ਗੁਰੂ ਗੋਬਿੰਦ ਸਿੰਘ ਜੀ ਨੇ ਦੁਨੀਆ ਦੇ ਸਾਹਮਣੇ ਪ੍ਰਗਟ ਕਰ ਦਿੱਤਾ। ਹੁਣ ਅਸੀਂ ਕਹਿੰਦੇ ਹਾਂ ਕਿ ਜਿਵੇਂ ਸਵਈਆਂ ਵਿੱਚ ਲਿਖਿਆ ਹੋਇਆ, ਪੱਟਾਂ ਦੇ ਸਵਈਆਂ ਵਿੱਚ, ਜੋਤ ਉਹਾ ਜੁਗਤ ਸਾਏ ਸਹਿਕਾਇਆਂ ਫੇਰ ਪਲੱਟੀ ਹੈ। ਜੋਤ ਗੁਰੂ ਨਾਨਕ ਦੇਵ ਜੀ ਵਾਲੀ ਚੱਲ ਰਹੀ ਸੀ। ਗੁਰੂ ਨਾਨਕ ਦੇਵ ਜੀ ਨੇ ਆਪਣੀ ਜੋਤ ਗੁਰੂ ਅੰਗਦ ਦੇਵ ਜੀ ਵਿੱਚ ਰੱਖੀ ਅਤੇ ਕਾਇਆ ਪਲਟ ਲਈ। ਜੁਗਤ ਵੀ ਹੋ ਹੀ ਰਹੀ। ਜੁਗਤ ਮੀਨਸ ਵੇ ਆਫ ਲਾਈਫ ਜਾਂ ਸਾਡੀ ਮਰਿਆਦਾ, ਅਤੇ ਜੋਤ ਵੀ ਹੋ ਹੀ ਰਹੀ। ਅਤੇ ਆਪਣੇ ਜੀਵਨ ਕਾਲ ਦੇ ਵਿੱਚ ਹੀ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਮੱਥਾ ਟੇਕ ਕੇ ਉਹਨਾਂ ਨੂੰ ਗੁਰੂ ਪ੍ਰਵਾਨ ਕਰ ਲਿਆ ਸੀ। ਅਤੇ ਜਿਹੜਾ ਅਸੂਲ ਗੁਰੂ ਗੋਬਿੰਦ ਸਿੰਘ ਜੀ ਨੇ ਆਪੇ ਗੁਰਚੇਲਾ ਦਾ ਬਾਅਦ ਵਿੱਚ ਬਹੁਤ ਅੱਛੀ ਤਰ੍ਹਾਂ ਨਾਲ ਸਾਡੇ ਸਾਹਮਣੇ ਪ੍ਰਗਟ ਕੀਤਾ, ਉਹ ਸਿਧਾਂਤਕ ਤੌਰ 'ਤੇ ਸਾਰੇ ਗੁਰੂ ਪਹਿਲਾਂ ਤੋਂ ਹੀ ਕਰਦੇ ਆ ਰਹੇ ਸਨ। ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਚਰਨ ਪਹੁਲ ਨੂੰ ਖੰਡੇ ਦੀ ਪਹੁਲ ਵਿੱਚ ਚੇਂਜ ਕੀਤਾ ਸੀ, ਕਿਉਂਕਿ ਅਲਟੀਮੇਟਲੀ ਖਾਲਸੇ ਨੂੰ ਖੰਡੇ ਦੀ ਧਾਰ ਦੇ ਵਿੱਚੋਂ ਗੁਜ਼ਰਨਾ ਹੀ ਪੈਣਾ ਸੀ, ਕਿਉਂਕਿ ਸੰਸਾਰ ਦੇ ਵਿੱਚੋਂ ਜ਼ੁਲਮ ਦਾ ਖਾਤਮਾ ਕਰਨਾ ਇਸ ਪੰਥ ਦਾ ਨਿਸ਼ਾਨਾ ਸੀ। ਗੁਰੂ ਗੋਬਿੰਦ ਸਿੰਘ ਜੀ ਨੇ, ਮੈਂ ਸਾਰੇ ਗੁਰੂਆਂ ਦੀ ਗੁਰੂ ਸਾਹਿਬਾਨ ਦੀ ਲਾਈਫ ਹਿਸਟਰੀ ਵਿੱਚ ਨਹੀਂ ਜਾਵਾਂਗੀ, ਪਰ ਸਾਰੇ ਗੁਰੂ ਸਾਹਿਬਾਨ ਨੇ ਇਸੇ ਤਰ੍ਹਾਂ ਹੀ ਕਾਇਆ ਪਲਟੀ,
ਜੋਤ ਤੇ ਜੁਗਤ ਉਹੀ ਰੱਖੀ। ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਦੋਂ ਦੇਖਿਆ ਕਿ ਮਾਨਸਿਕ ਤੌਰ ਦੇ ਉੱਤੇ ਜੋ ਸਾਡਾ ਪੰਥ ਦੇ ਅਨੁਆਈ ਨੇ, ਜਿਨ੍ਹਾਂ ਨੂੰ ਅਸੀਂ ਸਿੱਖ ਕਹਿੰਦੇ ਹਾਂ, ਉਹ ਤਿਆਰ ਹੋ ਚੁੱਕੇ ਹਨ, ਤਾਂ ਉਹਨਾਂ ਨੇ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ ਅਤੇ ਸਾਨੂੰ ਮੀਰੀ ਅਤੇ ਪੀਰੀ ਦਾ ਸਿਧਾਂਤ ਦਿੱਤਾ। ਅਤੇ ਇਸੇ ਹੀ ਸਿਧਾਂਤ ਉੱਤੇ ਅੱਗੋਂ ਤੁਰਦਿਆਂ ਹੋਇਆਂ ਗੁਰੂ ਤੇਗ ਬਹਾਦਰ ਜੀ ਨੇ ਵੀ ਤਲਵਾਰ ਦੀ ਧਾਰ ਦੇ ਉੱਤੇ ਆਪਣੇ ਆਪ ਨੂੰ ਕੁਰਬਾਨ ਕੀਤਾ। ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਨੂੰ ਵੀ ਇਸ ਵਾਸਤੇ ਹੀ ਪਰਖਿਆ ਕਿ ਕੀ ਉਹ ਤਲਵਾਰ ਦੀ ਸੱਟ ਸਹਿ ਸਕਦਾ ਹੈ। ਜੇ ਅਸੀਂ ਜ਼ੁਲਮ ਦਾ ਖਾਤਮਾ ਕਰਨਾ ਹੈ ਤਾਂ ਸਾਨੂੰ ਪਹਿਲਾਂ ਜ਼ੁਲਮ ਸਹਿਣ ਦੀ ਸ਼ਕਤੀ ਆਉਣੀ ਚਾਹੀਦੀ ਹੈ, ਸਾਡੇ ਵਿੱਚ ਇਤਨੀ ਕੁ ਸ਼ਕਤੀ ਹੋਣੀ ਚਾਹੀਦੀ ਹੈ ਕਿ ਅਸੀਂ ਦੁੱਖ ਸਹਿਣ ਦੇ ਕਾਬਲ ਹੋ ਸਕੀਏ। ਅਤੇ ਉਸੇ ਚੀਜ਼ ਨੂੰ ਉਹਨਾਂ ਨੇ ਪਰਖਿਆ ਸੀ ਅਤੇ ਖਾਲਸਾ ਇਹਦੇ ਵਿੱਚ 100% ਨੰਬਰ ਲੈ ਕੇ ਪਾਸ ਹੋਇਆ ਜਦੋਂ ਗੁਰੂ ਸਾਹਿਬਾਨ ਨੇ 5 ਸੀਸਾਂ ਦੀ ਮੰਗ ਕੀਤੀ ਸੀ। ਅਤੇ ਆਪਾਂ ਹੁਣ ਆਈਏ ਗੁਰੂ ਗੋਬਿੰਦ ਸਿੰਘ ਜੀ ਦੇ ਉੱਤੇ, ਬਹੁਤਾ ਟਾਈਮ ਵਿੱਚ ਨਾ ਲਗਾਉਂਦੇ ਹੋਈਏ। ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਖਾਲਸਾ ਸਾਜਨਾ ਕਰਨੀ ਸੀ ਤਾਂ ਉਹਨਾਂ ਨੇ ਪਹਿਲਾਂ ਹੀ ਪਲੈਨਿੰਗ ਕੀਤੀ ਸੀ। ਇਹ ਨਹੀਂ ਕਿ ਆਲ ਆਫ ਏ ਸਡਨ ਉਹਨਾਂ ਦੇ ਦਿਮਾਗ ਵਿੱਚ ਆਇਆ ਕਿ ਵਿਸਾਖੀ ਵਾਲੇ ਦਿਨ 5 ਪਿਆਰਿਆਂ ਦੀ ਚੋਣ ਕਰਨੀ ਹੈ। ਇਹ ਉਹਨਾਂ ਦੇ ਮਨ ਦੇ ਵਿੱਚ ਉਦੋਂ ਤੋਂ ਪਲੈਨ ਚੱਲ ਰਹੀ ਸੀ ਜਦੋਂ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਹੋਈ ਸੀ ਅਤੇ ਭਾਈ ਜੈਤਾ ਜੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਲੈ ਕੇ ਪਹੁੰਚੇ ਸਨ ਕੀਰਤਪੁਰ ਸਾਹਿਬ ਤੋਂ ਅੱਗੋਂ ਨਗਰ ਕੀਰਤਨ ਦੇ ਰੂਪ ਦੇ ਵਿੱਚ ਮਾਤਾ ਗੁਜਰੀ ਜੀ ਦੇ ਸਮੇਤ ਸਾਰੀ ਸੰਗਤ ਆਈ ਸੀ ਅਤੇ ਗੁਰੂ ਤੇਗ ਬਹਾਦਰ ਜੀ ਦੇ ਸੀਸ ਨੂੰ ਅਨੰਦਪੁਰ ਸਾਹਿਬ ਦੇ ਵਿੱਚ ਨਗਰ ਕੀਰਤਨ ਦੇ ਰੂਪ ਵਿੱਚ ਲੈ ਕੇ ਗਏ ਸਨ। ਉਸ ਵਕਤ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਜੈਤਾ ਜੀ ਨੂੰ ਪੁੱਛਿਆ ਕਿ ਕੀ ਦਿੱਲੀ ਦੇ ਵਿੱਚ ਉਸ ਵੇਲੇ ਕੋਈ ਸਿੱਖ ਮੌਜੂਦ ਸੀ, ਤਾਂ ਭਾਈ ਜੈਤਾ ਜੀ ਨੇ ਜਦੋਂ ਕਿਹਾ ਕਿ ਉੱਥੇ ਲੋਕ ਤਾਂ ਬਹੁਤ ਗਿਣਤੀ ਵਿੱਚ ਸਨ ਪਰ ਮੈਨੂੰ ਇਹ ਪਹਿਚਾਣ ਨਹੀਂ ਹੋ ਸਕੀ ਕਿ ਕਿਹੜਾ ਗੁਰੂ ਦਾ ਸਿੱਖ ਹੈ ਅਤੇ ਕਿਹੜਾ ਨਹੀਂ, ਕਿਉਂਕਿ ਗੁਰੂ ਦਾ ਸਿੱਖ ਦਾ ਉਸ ਵੇਲੇ ਕੋਈ ਨਿਆਰਾ ਸਰੂਪ ਨਹੀਂ ਸੀ। ਇਸ ਕਰਕੇ ਮੈਨੂੰ ਇਹ ਨਹੀਂ ਪਤਾ ਕਿ ਉਹਦੇ 'ਚ ਕਿੰਨੇ ਕੁ ਸਿੱਖ ਸਨ ਅਤੇ ਕਿੰਨੇ ਕੁ ਨਹੀਂ ਸਨ। ਤਾਂ ਗੁਰੂ ਸਾਹਿਬ ਨੇ ਉਸੇ ਵੇਲੇ ਫੈਸਲਾ ਕੀਤਾ ਕਿ ਜੇ ਮੈਂ ਸਿੱਖ ਨੂੰ ਇੱਕ ਐਸਾ ਸਰੂਪ ਦੇ ਦਿਆਂ ਕਿ ਉਹ ਲੱਖਾਂ ਦੇ ਵਿੱਚ ਖੜ੍ਹਾ ਹੋਇਆ ਵੀ ਪਹਿਚਾਨਿਆ ਜਾ ਸਕੇ ਤਾਂ ਉਸਦੇ ਮਨ ਦੇ ਵਿੱਚੋਂ ਡਰ ਦੂਰ ਹੋ ਜਾਵੇਗਾ। ਹੁਣ ਜੇ ਉਸਦੇ ਮਨ ਵਿੱਚ ਡਰ ਹੈ ਤਾਂ ਉਹ ਆਪਣੇ ਆਪ ਨੂੰ ਛੁਪਾ ਕੇ ਉਸ ਭੀੜ ਦੇ ਵਿੱਚ ਸ਼ਾਮਿਲ ਕਰ ਸਕਦਾ ਸੀ, ਪਰ ਮੈਂ ਅਜਿਹਾ ਸਿੱਖ ਸਾਜਣਾ ਚਾਹੁੰਦਾ ਹਾਂ ਜਿਹੜਾ ਕਿ ਹਰ ਪ੍ਰਕਾਰ ਦੇ ਭੈ ਤੋਂ ਮੁਕਤ ਹੋਵੇ। ਅਤੇ ਉਦੋਂ ਹੀ ਉਹਨਾਂ ਨੇ ਫੈਸਲਾ ਕੀਤਾ ਸੀ ਕਿ ਮੈਂ ਇੱਕ ਅਜਿਹੇ ਪੰਥ ਦੀ ਸਾਜਨਾ ਕਰਾਂਗਾ ਜਿਸ ਦਾ ਹਰ ਮੈਂਬਰ ਲੱਖਾਂ ਵਿੱਚ ਖੜਿਆ ਹੋਇਆ ਇੱਕ ਵੀ ਹੋਏਗਾ ਤਾਂ ਦੂਰੋਂ ਹੀ ਪਹਿਚਾਨਿਆ ਜਾਏਗਾ। ਉਸ ਵਕਤ ਤੋਂ ਹੀ ਉਹਨਾਂ ਨੇ ਖਾਲਸੇ ਦੇ ਸਿਰਜਣਾ ਦੀ ਤਿਆਰੀ ਨੂੰ ਆਰੰਭ ਕਰ ਦਿੱਤਾ ਸੀ। ਅਤੇ ਜਦੋਂ 1699 ਦੀ 30 ਮਾਰਚ ਨੂੰ ਵਿਸਾਖੀ ਦਾ ਦਿਨ ਆਇਆ ਤਾਂ ਸਾਰੇ ਖਾਲਸਾ ਪੰਥ ਨੂੰ ਉਹਨਾਂ ਨੇ ਕਈ ਮਹੀਨੇ ਪਹਿਲਾਂ ਹੁਕਮਨਾਮੇ ਭੇਜੇ ਕਿ ਇਸ ਵਾਰੀ ਵਿਸਾਖੀ ਦੇ ਉੱਤੇ ਵਿਸ਼ੇਸ਼ ਇਕੱਠ ਹੋਏਗਾ ਅਤੇ ਤੁਸੀਂ ਸਾਰੇ ਵੱਧ ਤੋਂ ਵੱਧ ਗਿਣਤੀ ਵਿੱਚ ਇੱਥੇ ਆਓ। ਅਤੇ ਆਪਾਂ ਜਾਣਦੇ ਹਾਂ ਕਿ ਸਾਰੀਆਂ ਸੰਗਤਾਂ ਸਾਰੇ ਦੇਸ਼ ਦੇ ਅਲੱਗ ਅਲੱਗ ਕੋਨਿਆਂ ਦੇ ਵਿੱਚੋਂ ਵਹੀਰਾਂ ਕੱਦ ਕੇ ਚੱਲੀਆਂ ਅਤੇ ਬਹੁਤ ਸਾਰੀ ਸੰਗਤ ਉੱਥੇ ਪਹੁੰਚੀ। ਕੁਛ ਇੱਕ ਤਾਂ ਸਾਨੂੰ ਇੱਥੋਂ ਹੀ ਪਤਾ ਲੱਗਦਾ ਹੈ ਕਿ ਭਾਈ ਦਇਆ ਸਿੰਘ ਜੀ ਜਿਵੇਂ ਲਾਹੌਰ ਤੋਂ ਆਏ ਸਨ, ਭਾਈ ਧਰਮ ਸਿੰਘ ਜੀ ਹਸਤਨਾਪੁਰ ਤੋਂ ਆਏ ਸਨ, ਭਾਈ ਹਿੰਮਤ ਸਿੰਘ ਜੀ ਜਗਨਨਾਥਪੁਰੀ ਤੋਂ ਆਏ ਸਨ, ਉਦੋਂ ਭਾਈ ਮੋਹਕਮ ਸਿੰਘ ਜੀ ਬੇਟ ਦੁਆਰਕਾ ਸਾਗਰ ਤੋਂ ਪਾਰ ਇੱਕ ਟਾਪੂ ਦੇ ਉੱਤੋਂ ਆਏ ਸਨ।
ਤੇ ਇਸੇ ਤਰ੍ਹਾਂ ਜੋ ਭਾਈ ਸਾਹਿਬ ਸਿੰਘ ਜੀ ਹਨ ਉਹ ਆਏ ਹਨ ਬਿਦਰ ਦੇ ਕੋਲ। ਇਹ ਸਾਰੇ ਅਲੱਗ ਅਲੱਗ ਕੋਨਿਆਂ ਦੇ ਵਿੱਚੋਂ, ਇਹ ਤਾਂ ਨਹੀਂ ਕਿ ਉਹ ਇਕੱਲੇ ਤੁਰ ਕੇ ਆਏ ਸੀ, ਬਹੁਤ ਸਾਰੀਆਂ ਸੰਗਤਾਂ ਉਸ ਵੇਲੇ ਸਾਰੇ ਪਾਸਿਆਂ ਤੋਂ ਪਹੁੰਚੀਆਂ ਸਨ ਅਤੇ ਉਦੋਂ ਸਾਧਨ ਵੀ ਜਿਹੜੇ ਨੇ ਉਹ ਸੀਮਤ ਹੁੰਦੇ ਸਨ ਅਤੇ ਕਈ ਕਈ ਮਹੀਨੇ ਪਹੁੰਚਣ 'ਤੇ ਉਹਨਾਂ ਨੂੰ ਲੱਗੇ ਹੋਣਗੇ। ਅਤੇ ਗੁਰੂ ਸਾਹਿਬ ਨੇ ਕਈ ਮਹੀਨੇ ਪਹਿਲਾਂ ਹੀ ਹੁਕਮਨਾਮੇ ਭੇਜ ਦਿੱਤੇ ਸੀ ਸੰਗਤਾਂ ਨੂੰ। ਇੱਥੋਂ ਸਾਨੂੰ ਇਹ ਪਤਾ ਲੱਗਦਾ ਕਿ ਉਹਨਾਂ ਦੇ ਮਨ ਦੇ ਵਿੱਚ ਉਹਨਾਂ ਨੇ ਜੋ ਖਾਲਸਾ ਸਾਜਨਾ ਦਾ ਦ੍ਰਿਸ਼ ਸਾਜਿਆ ਸੀ ਆਪਣੇ ਅੱਖਾਂ ਅੱਗੇ, ਉਹ ਕਈ ਮਹੀਨੇ ਪਹਿਲਾਂ ਹੀ ਉਸਦੀ ਪਲੈਨਿੰਗ ਕੀਤੀ ਹੋਈ ਸੀ। ਅਤੇ ਵਿਸਾਖੀ ਵਾਲੇ ਦਿਨ ਬੇਸ਼ੁਮਾਰ ਸੰਗਤਾਂ ਉੱਥੇ ਪਹੁੰਚੀਆਂ ਅਤੇ ਉਸ ਘਟਨਾ ਦੀ ਡਿਟੇਲ ਵਿੱਚ ਤਾਂ ਮੈਂ ਬਹੁਤਾ ਨਹੀਂ ਜਾਵਾਂਗੀ। ਕਿਸ ਤਰ੍ਹਾਂ ਪੰਜਾਂ ਪਿਆਰਿਆਂ ਦੀ ਚੋਣ ਹੋਈ ਉਹ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਗੁਰੂ ਸਾਹਿਬ ਨੇ ਸੀਸ ਦੀ ਮੰਗ ਕੀਤੀ। ਤੀਜੀ ਵਾਰੀ ਜਦੋਂ ਮੰਗ ਕੀਤੀ ਤਾਂ ਭਾਈ ਦਇਆ ਸਿੰਘ ਜੀ ਨੇ ਆਪਣਾ ਸੀਸ ਭੇਟ ਕੀਤਾ, ਫਿਰ ਉਸ ਤੋਂ ਬਾਅਦ ਭਾਈ ਧਰਮ ਸਿੰਘ ਜੀ ਨੇ ਕੀਤਾ, ਫਿਰ ਭਾਈ ਹਿੰਮਤ ਸਿੰਘ ਜੀ ਨੇ ਕੀਤਾ, ਫਿਰ ਭਾਈ ਮੋਹਕਮ ਸਿੰਘ ਜੀ ਨੇ ਅਤੇ ਫਿਰ ਭਾਈ ਸਾਹਿਬ ਸਿੰਘ ਜੀ ਨੇ। ਅਤੇ ਗੁਰੂ ਸਾਹਿਬ ਨੇ ਕਿਹਾ ਕਿ ਲਾਹੌਰ ਸ਼ਹਿਰ ਜ਼ਹਿਰ ਕਹਿਰ ਦੇ ਵਿੱਚੋਂ ਦਇਆ ਆ ਗਈ। ਇਸੇ ਤਰ੍ਹਾਂ ਉਹਨਾਂ ਨੇ ਕਿਹਾ ਕਿ ਦਿੱਲੀ ਦੇ ਰਾਜੇ ਬੜੇ ਅਧਰਮੀ ਨੇ ਅਤੇ ਹਸਤਨਾਪੁਰ ਅਤੇ ਦਿੱਲੀ ਇੱਕੋ ਹੀ ਸੀ ਉਹਨਾਂ ਦਿਨਾਂ ਵਿੱਚ। ਉਹ ਕਹਿੰਦੇ ਨੇ ਦਿੱਲੀ ਦੇ ਵਿੱਚੋਂ ਧਰਮ ਪੈਦਾ ਹੋ ਕੇ ਆ ਗਿਆ ਹੈ। ਇਸੀ ਤਰ੍ਹਾਂ ਉਹਨਾਂ ਨੇ ਕਿਹਾ ਕਿ ਜਗਨਨਾਥਪੁਰੀ ਵਿੱਚ ਜਿੱਥੇ ਪੱਥਰ ਦੀ ਪੂਜਾ ਹੁੰਦੀ ਹੈ, ਜਿੱਥੇ ਕ੍ਰਿਸ਼ਨ ਦੀ ਮੂਰਤੀ ਦੀ ਪੂਜਾ ਹੁੰਦੀ ਹੈ, ਉੱਥੇ ਸਾਨੂੰ ਪਤਾ ਹੈ ਕਿ ਉਸ ਮੰਦਰ ਦੇ ਵਿੱਚ ਕ੍ਰਿਸ਼ਨ ਜੀ ਦੀ ਇੱਕ ਐਸੀ ਮੂਰਤੀ ਪਈ ਹੈ ਜਿਸ ਦੀਆਂ ਦੋਨੋਂ ਬਾਹਾਂ ਨਹੀਂ ਹਨ। ਭਾਵ ਇਹ ਹੈ ਕਿ ਹਿੰਮਤ ਨਹੀਂ ਉਸ ਬੰਦੇ ਦੇ ਵਿੱਚ ਜਿਸਨੇ ਉਸਨੂੰ ਬਣਾਇਆ ਸੀਗਾ, ਅਤੇ ਉਹਨੇ ਬਾਹਾਂ ਉਹਦੀਆਂ ਛੱਡ ਦਿੱਤੀਆਂ ਸੀ। ਅਤੇ ਕਹਿੰਦੇ ਉਸ ਜਗ੍ਹਾ ਤੋਂ ਹਿੰਮਤ ਤੁਰ ਕੇ ਅਨੰਦਪੁਰ ਸਾਹਿਬ ਆ ਗਈ ਹੈ। ਜਿੱਥੇ ਹਿੰਮਤ ਨਹੀਂ ਸੀ ਉੱਥੋਂ ਹਿੰਮਤ ਆਈ ਹੈ, ਜਿੱਥੇ ਧਰਮ ਨਹੀਂ ਸੀ ਉੱਥੋਂ ਧਰਮ ਆ ਗਿਆ, ਜਿੱਥੇ ਦਇਆ ਨਹੀਂ ਸੀ ਉੱਥੋਂ ਦਇਆ ਆ ਗਈ ਹੈ। ਅਤੇ ਫਿਰ ਮੋਹਕਮ ਚੰਦ ਜੀ ਕਿੱਥੋਂ ਆਏ ਸੀਗੇ? ਜੋ ਆਪਾਂ ਦੇਖਦੇ ਹਾਂ ਗੁਜਰਾਤ ਸਟੇਟ ਹੈ ਉਹਦੇ ਵਿੱਚ ਦੁਆਰਕਾ ਦੇ ਨੇੜੇ ਇੱਕ ਸਮੁੰਦਰ ਹੈ, ਸਮੁੰਦਰ ਦੇ ਵਿੱਚ ਇੱਕ ਟਾਪੂ ਹੈ ਜਿਸ ਨੂੰ ਬੇਟ ਦੁਆਰਕਾ ਕਿਹਾ ਜਾਂਦਾ ਹੈ। ਅਤੇ ਉਸ ਟਾਪੂ ਤੱਕ ਪਹੁੰਚਣ ਲਈ 7-8 ਕਿਲੋਮੀਟਰ ਬੇੜੀ ਵਿੱਚ ਜਾਣਾ ਪੈਂਦਾ ਹੈ। ਭਾਵ ਕਿ ਜਦੋਂ ਅਸੀਂ ਉਸ ਜਗ੍ਹਾ 'ਤੇ ਪਹੁੰਚਣਾ ਹੀ ਹੋਵੇ ਤਾਂ ਹੁਣ ਵੀ ਸਾਨੂੰ ਦ੍ਰਿੜਤਾ ਦੀ ਲੋੜ ਹੈ, ਨਹੀਂ ਤਾਂ ਬਹੁਤੇ ਕਹਿੰਦੇ ਨੇ ਚੱਲ ਇੰਨੀ ਦੂਰ ਕੀ ਜਾਣਾ, ਛੱਡੋ ਪਤਾ ਗੁਰਦੁਆਰਾ ਹੈ ਉੱਥੇ, ਇੱਥੋਂ ਹੀ ਮੱਥਾ ਟੇਕ ਦਿੰਦੇ ਹਾਂ। ਮਤਲਬ ਜਾਣ ਦੀ ਹਿੰਮਤ ਬਹੁਤ ਘੱਟ ਲੋਕ ਕਰਦੇ ਸੀ, ਹੁਣ ਸਾਧਨ ਹੋ ਗਏ ਹਨ, ਹੁਣ ਜਾਣ ਲੱਗ ਪਏ ਹਨ। ਪਰ ਕੁਛ ਸਾਲ ਪਹਿਲਾਂ ਤੱਕ ਉੱਥੇ ਬਹੁਤ ਘੱਟ ਜਾਤ ਤੋਂ ਸਿੱਖ ਜਾਤ ਤੋਂ ਜਾਇਆ ਕਰਦੇ ਸਨ। ਭਾਵ ਕਿ ਦ੍ਰਿੜਤਾ ਜੋ ਹੈ ਐਸੀ ਜਗ੍ਹਾ ਤੋਂ ਆਈ ਹੈ ਜਿੱਥੇ ਪਹੁੰਚਣਾ ਵੀ ਔਖਾ ਸੀ। ਅਤੇ ਜਦੋਂ ਇਹ ਸਾਰੇ ਗੁਣ ਖਾਲਸੇ ਦੇ ਵਿੱਚ ਆ ਗਏ ਹਨ ਤਾਂ ਉਹਦੇ ਕੋਲੋਂ ਸਾਹਿਬ ਵੀ ਦੂਰ ਨਹੀਂ ਹੈ, ਬਿਦਰ ਤੋਂ ਸਾਹਿਬ ਵੀ ਚੱਲ ਕੇ ਆ ਗਈ। ਭਾਵ ਕਿ ਖਾਲਸਾ ਜੋ ਹੈ ਉਹ ਸਾਹਿਬ ਬਣ ਗਿਆ ਹੈ। ਇਹਨਾਂ ਨਾਮਾਂ ਦੇ ਵਿੱਚ ਵੀ ਇੱਕ ਭੇਦ ਛੁਪਿਆ ਹੋਇਆ, ਇਹ ਨਹੀਂ ਕਿ ਇਟ ਵਾਜ਼ ਜਸਟ ਅ ਕੋਇੰਸੀਡੈਂਸ। ਇਹ ਗੁਰੂ ਸਾਹਿਬ ਨੂੰ ਪਤਾ ਸੀ, ਗੁਰੂ ਸਾਹਿਬ ਆਪ ਪਰਮਾਤਮਾ ਦਾ ਰੂਪ ਸਨ, ਜੋਤ ਉਹ ਹਾ ਜੁਗਤ ਸਾਏ, ਗੁਰੂ ਨਾਨਕ ਦੀ ਜੋਤ ਸੀ। ਸੋਰੀ ਮੇਰੇ ਫੋਨ ਦੇ ਇਹਦੇ 'ਚ ਗੜਬੜ ਹੋ ਗਈ ਹੈ, ਮੈਂ ਮੋਬਾਈਲ ਤੋਂ ਕਰ ਲੈਂਦੀ ਹਾਂ। ਮੇਰੀ ਆਵਾਜ਼ ਆ ਰਹੀ ਹੈ ਜੀ ਕਿ ਨਹੀਂ? ਚਲੋ ਮੈਂ ਫਿਰ ਬੋਲਦੀ ਹਾਂ। ਠੀਕ ਹੈ ਜੀ, ਠੀਕ ਹੈ ਜੀ। ਇਹ ਸਾਰੇ ਗੁਣ ਖਾਲਸੇ ਦੇ ਵਿੱਚ ਗੁਰੂ ਸਾਹਿਬ ਚਾਹੁੰਦੇ ਸਨ ਆਉਣ, ਤਾਂ ਹੀ ਇਹਨਾਂ ਨਾਮਾਂ ਵਾਲੇ ਸਿੰਘਾਂ ਨੇ ਉੱਠ ਕੇ ਆਪਣਾ ਸੀਸ ਅਰਪਣ ਕੀਤਾ ਅਤੇ ਖਾਲਸਾ ਸੱਜਿਆ। ਠੀਕ ਹੈ, ਇਹ ਗੁਣ ਸਾਰੇ ਹੋਣੇ ਜ਼ਰੂਰੀ ਹਨ। ਇਹਨਾਂ ਗੁਣਾਂ ਦੇ ਬਾਰੇ ਵੀ ਗੁਰੂ ਨਾਨਕ ਦੇਵ ਜੀ ਨੇ ਪਹਿਲਾਂ ਹੀ ਜਪਜੀ ਸਾਹਿਬ ਵਿੱਚ ਵੀ ਦੱਸਿਆ,
ਧੌਲ ਧਰਮ ਦਇਆ ਕਾ ਪੂਤ। ਧੌਲ ਉਹਨਾਂ ਨੇ ਧਰਮ ਨੂੰ ਕਿਹਾ ਹੈ, ਜਿਹੜਾ ਧੌਲ ਸੀ ਜੋ ਹੈ ਮਾਈਥੋਲੋਜੀ ਦੇ ਮੁਤਾਬਕ ਕਿ ਧਰਤੀ ਨੂੰ ਇੱਕ ਬਲਦ ਨੇ ਚੁੱਕਿਆ ਹੋਇਆ, ਧੌਲ ਦਾ ਮਤਲਬ ਹੈ ਬਲਦ, ਤਾਂ ਗੁਰੂ ਸਾਹਿਬ ਨੇ ਕਿਹਾ ਕਿ ਉਹ ਧੌਲ ਜਿਹੜਾ ਉਹ ਧਰਮ ਹੈ। ਧਰਮ ਹੀ ਪਰਮਾਤਮਾ ਦਾ ਅਟਲ ਨਿਯਮ, ਉਹਦੇ ਹਿਸਾਬ ਨਾਲ ਧਰਤੀ ਜਿਹੜੀ ਹੈ ਟਿੱਕੀ ਹੋਈ ਹੈ, ਭਾਵੇਂ ਅਸੀਂ ਉਸਨੂੰ ਗ੍ਰੈਵੀਟੇਸ਼ਨ ਕਹਿ ਲਈਏ ਜਾਂ ਉਸਨੂੰ ਮੈਗਨੈਟਿਕ ਫੋਰਸ ਕਹਿ ਲਈਏ ਜਾਂ ਕੁਛ ਵੀ ਕਹਿ ਲਈਏ, ਉਹ ਆਪਣੇ ਆਪ ਟਿੱਕੀ ਹੋਈ ਹੈ। ਕਿਸ ਦੇ ਆਸਰੇ ਟਿੱਕੀ ਹੋਈ ਹੈ? ਧਰਮ ਦੇ ਆਸਰੇ, ਪਰਮਾਤਮਾ ਦੇ ਬਣਾਏ ਹੋਏ ਅਟਲ ਨਿਯਮਾਂ ਦੇ ਆਸਰੇ ਆਪਣੀ ਜਗ੍ਹਾ 'ਤੇ ਟਿੱਕੀ ਹੋਈ ਹੈ, ਹੋਰ ਕੋਈ ਤੌਲ ਨਹੀਂ ਹੈ। ਅਤੇ ਇਹ ਜੋ ਅਟਲ ਨਿਯਮ ਨੇ ਕਿੱਥੋਂ ਪੈਦਾ ਹੁੰਦੇ ਨੇ? ਦਇਆ ਵਿੱਚੋਂ। ਪਰਮਾਤਮਾ ਨੂੰ ਸਾਡੇ ਉੱਤੇ ਦਇਆ ਆਈ, ਪਰਮਾਤਮਾ ਕਿਰਪਾਲੂ ਸੀ, ਉਸ ਨੇ ਸਾਡੇ ਵਾਸਤੇ ਧਰਤੀ ਦੀ ਸਾਜਨਾ ਕੀਤੀ, ਫਿਰ ਇਸਨੂੰ ਧਰਮਸ਼ਾਲ ਬਣਾਇਆ, ਫਿਰ ਇੱਥੇ ਸਾਨੂੰ ਚੰਗੇ ਕੰਮ ਕਰਨ ਵਾਸਤੇ ਸਾਨੂੰ ਕਰਮ ਭੂਮੀ ਦਿੱਤੀ, ਅਤੇ ਸਾਡੇ ਉੱਤੇ ਉਹਨੇ ਮਿਹਰ ਕੀਤੀ ਸੀ। ਅਤੇ ਧਰਮ ਜੋ ਹੈ ਇਹ ਦਇਆ ਦਾ ਪੁੱਤਰ ਹੁੰਦਾ ਹੈ। ਇਸੇ ਤਰ੍ਹਾਂ ਸਭ ਤੋਂ ਪਹਿਲਾਂ ਦਇਆ ਆਈ, ਜੇ ਦਇਆ ਆਏਗੀ ਸਾਡੇ ਮਨ ਵਿੱਚ ਫਿਰ ਧਰਮ ਆਏਗਾ, ਜੇ ਸਾਡੇ ਮਨ ਦੇ ਵਿੱਚ ਧਰਮ ਹੋਏਗਾ ਤਾਂ ਹਿੰਮਤ ਹੋਏਗੀ, ਜੇ ਹਿੰਮਤ ਸਾਡੇ ਸਰੀਰ ਦੇ ਵਿੱਚ ਅਤੇ ਸਾਡੇ ਮਨ ਦੇ ਵਿੱਚ ਹੈ ਤਾਂ ਸਾਡਾ ਇਰਾਦਾ ਦ੍ਰਿੜ ਹੋਏਗਾ, ਅਤੇ ਜੇ ਸਾਡਾ ਇਰਾਦਾ ਦ੍ਰਿੜ ਹੋਏਗਾ ਤਾਂ ਹੀ ਅਸੀਂ ਜ਼ੁਲਮ ਦਾ ਮੁਕਾਬਲਾ ਕਰ ਸਕਾਂਗੇ, ਅਤੇ ਜਦੋਂ ਅਸੀਂ ਜ਼ੁਲਮ ਦਾ ਮੁਕਾਬਲਾ ਕਰਾਂਗੇ ਤਾਂ ਸਾਹਿਬੀ ਤਾਂ ਸਾਡੇ ਹੱਥ ਵਿੱਚ ਆਏਗੀ ਹੀ, ਇਹ ਤਾਂ ਨੈਚੁਰਲ ਹੈ। ਜੇ ਅਸੀਂ ਮੁਕਾਬਲਾ ਕਰਨ ਦੇ ਸਮਰੱਥ ਹੋ ਜਾਵਾਂਗੇ ਤਾਂ ਆਜ਼ਾਦ ਹਸਤੀ ਸਾਡੀ ਜਿਹੜੀ ਹੈ ਉਹ ਬਣ ਜਾਏਗੀ, ਅਤੇ ਅਸੀਂ ਸਾਹਿਬੀ ਨੂੰ ਲੈਣ ਵਾਸਤੇ ਸਾਨੂੰ ਕੋਈ ਵੀ ਦੁਨੀਆ ਦੀ ਤਾਕਤ ਜੋ ਹੈ ਰੋਕ ਨਹੀਂ ਸਕਦੀ। ਤਾਂ ਹੀ ਕਹਿੰਦੇ ਨੇ ਰਾਜ ਕਰੇਗਾ ਖਾਲਸਾ। ਰਾਜ ਕਰੇਗਾ ਖਾਲਸਾ ਦਾ ਮਤਲਬ ਇਹ ਨਹੀਂ ਹੈਗਾ ਕਿ ਅਸੀਂ ਇੱਕ ਜ਼ਮੀਨ ਮੰਨ ਲਈ ਹੈ ਅਤੇ ਉੱਥੇ ਰਾਜ ਕਰ ਲਿਆ। ਇਹ ਰਾਜ ਇੱਕ ਦੁਨਿਆਵੀ ਕਿਸਮ ਦਾ ਰਾਜ ਹੈ, ਪਰ ਜਿਹੜੇ ਰਾਜ ਦਾ ਗੁਰੂ ਸਾਹਿਬ ਨੇ ਵਰਣਨ ਕੀਤਾ ਹੈ ਉਹ ਇਹ ਹੈ ਕਿ ਖਾਲਸ ਖਾਲਸੇ ਦੇ ਜੋ ਅਸੂਲ ਹਨ ਉਹ ਸਾਰੀ ਦੁਨੀਆ ਦੇ ਵਿੱਚ ਪ੍ਰਗਟ ਹੋਣਗੇ, ਅਤੇ ਸਾਰੀ ਦੁਨੀਆ ਵਿੱਚ ਹੀ ਖਾਲਸੇ ਦੇ ਬਣਾਏ ਹੋਏ ਨਿਯਮ ਲਾਗੂ ਹੋ ਜਾਣਗੇ, ਅਤੇ ਇਸ ਤਰ੍ਹਾਂ ਸਾਰੇ ਸੰਸਾਰ ਦੇ ਵਿੱਚ ਹੀ ਖਾਲਸਾ ਰਾਜ ਜੋ ਹੈ ਕਾਇਮ ਹੋ ਜਾਵੇਗਾ। ਇਹ ਸਾਰੇ ਜੋ ਰਾਜ ਸਨ ਇਹਨਾਂ ਪੰਜਾਂ ਪਿਆਰਿਆਂ ਦੇ ਨਾਮ ਦੇ ਵਿੱਚ ਛੁਪੇ ਹੋਏ ਹਨ। ਹੁਣ ਜੇ ਅਸੀਂ ਦੇਖੀਏ ਉਸ ਤੋਂ ਬਾਅਦ ਜਦੋਂ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਦਿੱਤੀ, ਉਹਨਾਂ ਅੱਗੇ ਮੱਥਾ ਟੇਕਿਆ, ਇਹੀ ਅੱਗੋਂ ਜੋ ਉਹਨਾਂ ਨੇ ਸਿਧਾਂਤ ਬਣਾਇਆ ਸੀ ਅੱਗੇ ਤੱਕ ਚੱਲਦਾ ਆਇਆ। ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਜਿਸ ਵੇਲੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ, ਪਾਹੁਲ ਦੀ ਦਾਤ ਦਿੱਤੀ, ਤਾਂ ਉਸ ਤੋਂ ਬਾਅਦ ਆਪ ਉਹਨਾਂ ਅੱਗੇ ਹੱਥ ਜੋੜ ਕੇ ਖੜ੍ਹੇ ਹੋ ਗਏ ਅਤੇ ਕਹਿਣ ਲੱਗੇ ਕਿ ਮੈਨੂੰ ਵੀ ਅੰਮ੍ਰਿਤ ਦੀ ਦਾਤ ਦਿਓ। ਅਤੇ ਪੰਜਾਂ ਪਿਆਰਿਆਂ ਨੇ ਕਿਹਾ ਕਿ ਅਸੀਂ ਕਿਸ ਹੱਕ ਨਾਲ ਤੁਹਾਨੂੰ ਅੰਮ੍ਰਿਤ ਦੀ ਦਾਤ ਦੇਈਏ, ਤੁਸੀਂ ਸਾਡੇ ਗੁਰੂ ਹੋ। ਤਾਂ ਉਹਨਾਂ ਨੇ ਕਿਹਾ ਕਿ ਮੈਂ ਤੁਹਾਡੇ ਅੱਗੇ ਹੱਥ ਜੋੜ ਕੇ ਤੁਹਾਡਾ ਚੇਲਾ ਬਣ ਕੇ ਖੜ੍ਹਾ ਹਾਂ, ਅਤੇ ਮੈਨੂੰ ਵੀ ਇਹੀ ਅੰਮ੍ਰਿਤ ਦੀ ਦਾਤ ਦਿਓ ਜਿਹੜੀ ਮੈਂ ਤੁਹਾਨੂੰ ਦਿੱਤੀ ਹੈ, ਤਾਂ ਕਿ ਮੈਂ ਵੀ ਖਾਲਸੇ ਦਾ ਅੰਗ ਬਣ ਸਕਾਂ। ਅਤੇ ਫਿਰ ਪੰਜਾਂ ਪਿਆਰਿਆਂ ਨੇ ਕਿਹਾ ਕਿ ਅਸੀਂ ਤਾਂ ਸੀਸ ਦੇ ਕੇ ਇਹ ਪਾਹੁਲ ਲਈ ਹੈ, ਅਤੇ ਤੁਸੀਂ ਕੀ ਦਿਓਗੇ? ਤਾਂ ਗੁਰੂ ਸਾਹਿਬ ਨੇ ਕਿਹਾ ਕਿ ਮੈਂ ਇੱਕ ਸੀਸ ਨਹੀਂ, ਮੈਂ ਆਪਣੇ ਚਾਰੇ ਪੁੱਤਰਾਂ ਦੇ ਸੀਸ ਦਿਆਂਗਾ, ਮੈਂ ਆਪਣੀ ਮਾਤਾ ਦਾ ਸੀਸ ਦਿਆਂਗਾ। ਅਤੇ ਫਿਰ ਉਹਨਾਂ ਨੇ ਕਿਹਾ ਠੀਕ ਹੈ, ਪਰ ਇਸ ਤੋਂ ਇਲਾਵਾ ਤੁਹਾਡੇ ਵਾਸਤੇ ਅਸੀਂ ਇੱਕ ਹੋਰ ਰਹਿਤ ਮਰਿਆਦਾ ਦੇ ਵਿੱਚ, ਜਿਵੇਂ ਗੁਰੂ ਸਾਹਿਬ ਨੇ ਉਹਨਾਂ ਨੂੰ ਰਹਿਤ ਮਰਿਆਦਾ ਦ੍ਰਿੜ ਕਰਵਾਈ ਸੀ, ਉਹ ਮੈਂ ਉਹਨੇ ਉਹਦੀ ਥੋੜ੍ਹੀ ਜਿਹੀ ਡਿਟੇਲ ਵਿੱਚ ਜਾਵਾਂਗੀ। ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਸਾਨੂੰ ਰਹਿਤ ਦੱਸੀ ਹੈ, ਸਾਨੂੰ ਵੇ ਆਫ ਲਾਈਫ ਦੱਸਿਆ ਹੈ,
ਉਹ ਤੁਹਾਡੇ ਤੇ ਵੀ ਲਾਗੂ ਹੋਏਗਾ ਤੇ ਇਸ ਤੋਂ ਇਲਾਵਾ ਤੁਹਾਡੇ ਉੱਤੇ ਇੱਕ ਹੋਰ ਐਕਸਟਰਾ ਰਹਿਤ ਵੀ ਲਾਗੂ ਹੋਏਗੀ ਜੋ ਕਿ ਤੁਹਾਨੂੰ ਪ੍ਰਵਾਨ ਕਰਨੀ ਪਏਗੀ, ਤਾਂ ਹੀ ਅਸੀਂ ਅੰਮ੍ਰਿਤ ਦੇ ਦਾਤ ਤੁਹਾਨੂੰ ਦਿਆਂਗੇ। ਤਾਂ ਉਹਨਾਂ ਨੇ ਕਿਹਾ ਖਾਲਸਾ ਜੀ ਹੁਕਮ ਕਰੋ। ਤਾਂ ਉਹਨਾਂ ਨੇ ਕਿਹਾ ਪੰਜਾਂ ਪਿਆਰਿਆਂ ਨੇ ਕਿ ਇੱਕ ਰਹਿਤ ਤੁਹਾਡੇ ਵਾਸਤੇ ਹੋਰ ਹੈ ਕਿ ਜਦੋਂ ਵੀ ਖਾਲਸੇ ਨੂੰ ਕਿਸੇ ਵੀ ਜਗ੍ਹਾ ਉੱਤੇ ਕਿਸੇ ਵੀ ਹਾਲਾਤ ਦੇ ਵਿੱਚ ਕੋਈ ਵੀ ਬਿਪਤਾ ਆ ਬਣੇ ਅਤੇ ਉਹ ਆਪ ਜੀ ਅੱਗੇ ਅਰਦਾਸ ਕਰੇ ਤਾਂ ਤੁਹਾਨੂੰ ਉੱਥੇ ਹਾਜ਼ਰ ਹੋਣਾ ਪਵੇਗਾ, ਆਪ ਆ ਕੇ ਖਾਲਸੇ ਦੀ ਮਦਦ ਕਰਨੀ ਪਵੇਗੀ। ਅਤੇ ਗੁਰੂ ਸਾਹਿਬ ਨੇ ਕਿਹਾ ਕਿ ਮੈਂ ਖਾਲਸੇ ਦੇ ਹਮੇਸ਼ਾ ਅੰਗ ਸੰਗ ਰਹਾਂਗਾ, ਖਾਲਸਾ ਮੇਰੋ ਰੂਪ ਹੈ ਖਾਸ, ਹੋ ਖਾਲਸੇ ਕਾ ਖਾਲਸੋ ਮੇਰਾ, ਪੋਤ ਪੋਤ ਸਾਗਰ ਬੁੰਦੇ ਰੋ। ਮੈਂ ਖਾਲਸੇ ਦਾ ਹਿੱਸਾ ਬਣ ਕੇ ਹਮੇਸ਼ਾ ਵਾਸਤੇ ਖਾਲਸੇ ਦੇ ਵਿੱਚ ਵਿਚਰਾਂਗਾ ਅਤੇ ਹਰ ਬਿਪਤਾ ਦੇ ਵਿੱਚ ਜਦੋਂ ਵੀ ਖਾਲਸਾ ਮੈਨੂੰ ਯਾਦ ਕਰੇਗਾ ਤਾਂ ਮੈਂ ਉਸਦੀ ਮਦਦ ਵਾਸਤੇ ਹਾਜ਼ਰ ਰਹਾਂਗਾ। ਔਰ ਅੱਜ ਵੀ ਆਪਾਂ ਜਾਣਦੇ ਹਾਂ ਕਿ ਜਦੋਂ ਵੀ ਸਾਨੂੰ ਕੋਈ ਮੁਸ਼ਕਿਲ ਆ ਪੈਂਦੀ ਹੈ ਅਤੇ ਜਦੋਂ ਅਸੀਂ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਸਮਝ ਕੇ ਅਰਦਾਸ ਕਰਦੇ ਹਾਂ ਤਾਂ ਮੇਰਾ ਖਿਆਲ ਹੈ ਕਿ ਜਿੰਨੇ ਵੀ ਇੱਥੇ ਲੈਕਚਰ ਸੁਣ ਰਹੇ ਨੇ ਉਹਨਾਂ ਸਾਰਿਆਂ ਦਾ ਕੋਈ ਨਾ ਕੋਈ ਜ਼ਿੰਦਗੀ ਵਿੱਚ ਇਹੋ ਜਿਹਾ ਤਜਰਬਾ ਜ਼ਰੂਰ ਹੋਏਗਾ ਜਦੋਂ ਗੁਰੂ ਸਾਹਿਬ ਨੇ ਆਪ ਆ ਕੇ ਉਹਨਾਂ ਨੂੰ ਉਸ ਮੁਸੀਬਤ ਵਿੱਚੋਂ ਕੱਢਿਆ ਹੋਏਗਾ। ਇਹ ਸੀ ਸਾਡਾ ਜੋ ਇਸ ਦਿਨ ਦਾ ਸੰਖੇਪ ਜਿਹਾ ਇਤਿਹਾਸ ਜੋ ਉਸ ਦਿਨ ਵਾਪਰਿਆ। ਇਸ ਤੋਂ ਇਲਾਵਾ ਹੋਰ ਘਟਨਾਵਾਂ ਨੇ, ਸਮਾਂ ਬਹੁਤ ਸੀਮਤ ਹੁੰਦਾ ਹੈ ਇਸ ਲਈ ਮੈਂ ਬਹੁਤ ਡਿਟੇਲ 'ਚ ਤਾਂ ਨਹੀਂ ਜਾਵਾਂਗੀ, ਪਰ ਇੰਨਾ ਕੁ ਦੱਸਾਂਗੀ ਕਿ ਜਿਸ ਵੇਲੇ ਸੰਗਤ ਦੇ ਵਿੱਚ ਇਹ ਸੀਸ ਲਏ ਜਾ ਰਹੇ ਸਨ ਤਾਂ ਸੰਗਤ ਦੇ ਵਿੱਚ ਵੀ ਹਰ ਇੱਕ ਤਰ੍ਹਾਂ ਦੇ ਲੋਕ ਬੈਠੇ ਹੁੰਦੇ ਆ। ਕੋਈ ਗੁਰੂ ਸਾਹਿਬਾਨ ਦੇ ਬਹੁਤ ਸਨਮੁੱਖ ਹੁੰਦੇ ਨੇ, ਕਈ ਗੁਰੂ ਸਾਹਿਬਾਨ ਦੇ ਅੱਗੇ ਆਉਂਦੇ ਨੇ ਤਾਂ ਸਿਰਫ ਆਪਣਾ ਦਿਖਾਵੇ ਲਈ ਆਉਂਦੇ ਨੇ, ਕਈ ਜਸੂਸੀ ਕਰਨ ਵੀ ਆਏ ਹੋਏ ਸੀਗੇ। ਉੱਥੇ ਇੱਕ ਬੰਦਾ ਜਸੂਸੀ ਕਰਨ ਵੀ ਆਇਆ ਹੋਇਆ ਸੀ, ਉਹ ਮੁਸਲਮਾਨ ਸੀ, ਮੁਗਲਾਂ ਨੇ ਭੇਜਿਆ ਹੋਇਆ ਸੀ, ਔਰੰਗਜ਼ੇਬ ਨੇ ਭੇਜਿਆ ਹੋਇਆ ਸੀ ਅਤੇ ਉਹ ਹਰ ਇੱਕ ਪਲ ਪਲ ਦੀ ਰਿਪੋਰਟ ਔਰੰਗਜ਼ੇਬ ਨੂੰ ਦਿੰਦਾ ਸੀ। ਉਹ ਵੀ ਇੱਥੇ ਹੀ ਬੈਠਾ ਹੋਇਆ ਸੀ ਅਤੇ ਸਭ ਤੋਂ ਅੱਗੇ ਬੈਠਾ ਹੋਇਆ ਸੀ, ਸਾਰੀ ਘਟਨਾਕ੍ਰਮ ਨੂੰ ਉਹ ਦੇਖ ਰਿਹਾ ਸੀਗਾ। ਅਤੇ ਉਸਨੇ ਜਦੋਂ ਦੇਖਿਆ ਇਹ ਸਾਰੀ ਵਰਤਾਰਾ ਹੁੰਦਾ, ਆਪਣੀਆਂ ਅੱਖਾਂ ਨਾਲ ਦੇਖਿਆ ਤਾਂ ਕਾਫੀ ਦੇਰ ਤੋਂ ਗੁਰੂ ਸਾਹਿਬ ਦੇ ਨੇੜੇ ਹੋ ਕੇ ਵਿਚਰ ਰਿਹਾ ਸੀ ਤਾਂ ਉਸਦੇ ਮਨ ਉੱਤੇ ਪਹਿਲਾਂ ਵੀ ਗੁਰੂ ਸਾਹਿਬਾਨ ਦਾ ਬਹੁਤ ਅਸਰ ਕਬੂਲ ਉਸਦੇ ਮਨ ਨੇ ਕੀਤਾ ਹੋਇਆ ਸੀ ਅਤੇ ਉਸ ਵੇਲੇ ਉਸਨੇ ਮਨ ਹੀ ਮਨ ਵਿੱਚ ਫੈਸਲਾ ਕਰ ਲਿਆ ਕਿ ਮੈਂ ਵੀ ਅੰਮ੍ਰਿਤ ਛਕਾਂਗਾ। ਫਿਰ ਜਦੋਂ ਗੁਰੂ ਸਾਹਿਬ ਨੇ ਉਸ ਵੇਲੇ ਬਾਅਦ ਵਿੱਚ ਸਾਰੀ ਸੰਗਤ ਨੂੰ ਕਿਹਾ ਕਿ ਹੁਣ ਜਿਹੜਾ ਵੀ ਅੰਮ੍ਰਿਤ ਛਕਣਾ ਚਾਹੁੰਦਾ ਛਕ ਲਵੇ, ਪੰਜ ਸਿੱਖਾਂ ਨੇ ਤਾਂ ਸੀਸ ਦਿੱਤਾ ਸੀ, ਬਾਕੀ ਸਾਰਿਆਂ ਨੂੰ ਉਹਨਾਂ ਨੇ ਸਾਰੇ ਸਿਧਾਂਤ ਸਮਝਾ ਕੇ ਅਤੇ ਕਿਹਾ ਕਿ ਜਿਹੜਾ ਇਹਨਾਂ ਸਿਧਾਂਤਾਂ ਉੱਤੇ ਚੱਲਣ ਦੇ ਲਈ ਤਿਆਰ ਹੈ ਉਹ ਅੰਮ੍ਰਿਤ ਛਕ ਸਕਦਾ ਹੈ। ਤਾਂ ਉਸ ਜਾਸੂਸ ਨੇ ਵੀ ਉਸ ਵੇਲੇ ਅੰਮ੍ਰਿਤ ਪਾਨ ਕਰ ਲਿਆ ਸੀ ਅਤੇ ਉਸਦਾ ਨਾਮ ਰੱਖਿਆ ਗਿਆ ਅਜਮੇਰ ਸਿੰਘ। ਅਤੇ ਉਸਨੇ ਉਹ ਰਿਪੋਰਟ ਜਿਹੜੀ ਔਰੰਗਜ਼ੇਬ ਨੂੰ ਭੇਜੀ ਸੀ ਉਹਦੇ ਵਿੱਚ ਉਹਨੇ ਸਾਰਾ ਵਰਤਾਰਾ ਇਹਦੇ 'ਚ ਲਿਖਿਆ ਸੀ ਅਤੇ ਉਸਨੇ ਨਾਲ ਹੀ ਇਹ ਲਿਖਿਆ ਸੀ ਕਿ ਇਹ ਮੇਰੀ ਤੁਹਾਨੂੰ ਆਖਰੀ ਚਿੱਠੀ ਹੈ ਕਿਉਂਕਿ ਹੁਣ ਮੈਂ ਖਾਲਸਾ ਪੰਥ ਵਿੱਚ ਸ਼ਾਮਿਲ ਹੋ ਚੁੱਕਿਆ ਹਾਂ ਅਤੇ ਮੇਰਾ ਗੁਰੂ ਅੱਜ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਹੈ। ਇਹ ਹੈ ਕ੍ਰਿਸ਼ਮਾ ਜਿਹੜਾ ਉਸ ਦਿਨ ਵਾਪਰਿਆ ਸੀ ਕਿ ਜਾਸੂਸ ਵੀ ਉਸ ਦਿਨ ਖਾਲਸਾ ਪੰਥ ਵਿੱਚ ਸ਼ਾਮਿਲ ਹੋ ਗਏ ਸਨ। ਠੀਕ ਹੈ ਨਾ, ਇਹ ਹੈ ਅਸਲ ਗੁਰੂ ਸਾਹਿਬ ਦੀ ਸ਼ਖਸੀਅਤ ਦਾ। ਅਤੇ ਉਹੀ ਸ਼ਖਸੀਅਤ ਜਿਹੜੀ ਗੁਰੂ ਸਾਹਿਬ ਦੀ ਸੀ ਉਹ ਆਪਣੇ ਖਾਲਸੇ ਦੇ ਵਿੱਚ ਉਹ ਪਾਉਣਾ ਚਾਹੁੰਦੇ ਸਨ। ਉਹਨਾਂ ਨੇ ਉਸ ਸ਼ਖਸੀਅਤ ਨੂੰ ਉਘਾੜਨ ਵਾਸਤੇ ਸਾਨੂੰ ਇੱਕ ਰਹਿਤ ਮਰਿਆਦਾ ਦਿੱਤੀ, ਜਿਹੜੀ ਰਹਿਤ ਮਰਿਆਦਾ ਉਹਨਾਂ ਨੇ ਉਸ ਵਕਤ ਸਾਰਿਆਂ ਨੂੰ ਸਮਝਾਈ।
ਉਹਦੇ ਵਿੱਚ ਹਨ ਪੰਜ ਕਕਾਰ, ਪੰਜ ਬਾਣੀਆਂ ਦਾ ਸਿਧਾਂਤ, ਚਾਰ ਵਜਰ ਕੁਰਤਾਂ ਦੱਸੀਆਂ। ਠੀਕ ਹੈ ਨਾ, ਮੇਨ ਤਾਂ ਇਹ ਹੀ ਨੇ। ਬਾਕੀ ਪੰਜ ਬਾਣੀਆਂ ਦਾ ਪਾਠ ਤਾਂ ਆਪਾਂ ਨੇ ਕਰਨਾ ਹੀ ਕਰਨਾ, ਕਿਉਂਕਿ ਆਤਮਾ ਸਾਡੀ ਜਿਹੜੀ ਹੈ ਉਹ ਗੁਰੂ ਦੇ ਨਾਲ ਜੁੜੀ ਹੋਏਗੀ, ਤਾਂ ਹੀ ਸਾਡੀ ਆਤਮਕ ਸ਼ਕਤੀ ਹੋਏਗੀ। ਅਤੇ ਜੇ ਸਾਡੀ ਆਪਣੀ ਬਾਹਰਲੀ ਰਹਿਤ ਜਿਹੜੀ ਸਾਡੀ ਗੁਰੂ ਸਾਹਿਬ ਨੇ ਨਿਰਧਾਰਿਤ ਕੀਤੀ ਹੈ ਉਹ ਹਨ ਪੰਜ ਕਕਾਰ, ਜੇ ਅਸੀਂ ਉਹ ਪੰਜ ਕਕਾਰ ਆਪਣੇ ਸਾਬਤ ਸੂਰਤ ਰੱਖਾਂਗੇ ਤਾਂ ਹੀ ਅਸੀਂ ਸਾਬਤ ਸੂਰਤ ਇੱਕ ਪੂਰਨ ਮਨੁੱਖ ਬਣ ਸਕਾਂਗੇ। ਅਤੇ ਗੁਰੂ ਸਾਹਿਬ ਦਾ ਆਸ਼ਾ ਇਹ ਸੀ ਕਿ ਉਹ ਆਪਣੇ ਖਾਲਸਾ ਪੰਥ ਨੂੰ ਮਨੁੱਖਤਾ ਦੀ ਸਿਖਰ ਦੇ ਉੱਤੇ ਪਹੁੰਚਾਉਣਾ ਚਾਹੁੰਦੇ ਸਨ, ਇਸ ਕਰਕੇ ਉਹਨਾਂ ਨੇ ਇਹ ਪੰਜ ਕਕਾਰ ਦਿੱਤੇ, ਜਿਨ੍ਹਾਂ ਦੀ ਰੂਹਾਨੀਅਤ ਤਾਂ ਅਹਿਮੀਅਤ ਹੈ ਹੀ ਸੀ, ਉਸ ਦੇ ਨਾਲ ਉਹਨਾਂ ਦੇ ਪ੍ਰੈਕਟੀਕਲ ਯੂਟੀਲਿਟੀ ਅਤੇ ਸੰਸਾਰਕ ਅਤੇ ਸਰੀਰਕ, ਕਹਿ ਲਓ ਤੁਸੀਂ ਹੈਲਥ ਪੁਆਇੰਟ ਆਫ ਵਿਊ ਤੋਂ ਜਾਂ ਅਦਰਵਾਈਜ਼ ਮਨੋਵਿਗਿਆਨਕ ਤੌਰ 'ਤੇ, ਸਭ ਤਰੀਕਿਆਂ ਦੇ ਨਾਲ ਇਹਨਾਂ ਸਾਰੇ ਕਕਾਰਾਂ ਦੀ ਅਹਿਮੀਅਤ ਸੀ। ਜਿਵੇਂ ਤਾਂ ਕੇਸ ਹੈ, ਜਿਸ ਤਰ੍ਹਾਂ ਕੇਸਾਂ ਦੀ ਜੋ ਇੰਪੋਰਟੈਂਸ ਹੈ ਉਸਨੂੰ ਤਾਂ ਅਸੀਂ ਬਿਲਕੁਲ ਛੁਟਿਆ ਹੀ ਨਹੀਂ ਸਕਦੇ। ਇਹ ਤਾਂ ਪਹਿਲਾਂ ਤੋਂ ਹੀ ਸਾਰੀ ਮਨੁੱਖਤਾ, ਸਾਰੇ ਧਰਮ ਦੁਨੀਆਂ ਵਿੱਚ ਜਿੰਨੇ ਵੀ ਧਰਮ ਹਨ ਉਹਨਾਂ ਦੇ ਸਾਰੇ ਅਨਿਆਈ, ਸਾਰੇ ਉਹਨਾਂ ਦੇ ਰਹਿਬਰ, ਸਾਰੇ ਹੀ ਕੇਸਾਧਾਰੀ ਹੁੰਦੇ ਸਨ। ਇਸੇ ਤਰ੍ਹਾਂ ਭਾਰਤ ਦੇ ਵਿੱਚ ਸਾਰੇ ਬ੍ਰਾਹਮਣ ਕੇਸਾਧਾਰੀ ਹੁੰਦੇ ਸਨ। ਹੌਲੀ ਹੌਲੀ ਹਾਲਾਤ ਐਸੇ ਬਣਦੇ ਗਏ ਕਿ ਬ੍ਰਾਹਮਣਾਂ ਨੇ ਕੇਸ ਕੱਟਣੇ ਸ਼ੁਰੂ ਕਰ ਦਿੱਤੇ। ਦੇਖਾ ਦੇਖੀ ਹਿੰਦੂ ਕੌਮ ਜਿਹੜੀ ਉਹ ਕੇਸਹੀਣ ਹੁੰਦੀ ਗਈ, ਅਤੇ ਇਸ ਸਾਰੇ ਵਰਤਾਰੇ ਦਾ ਰਿਜ਼ਲਟ ਇਹ ਹੋਇਆ ਕਿ ਮੁਗਲਾਂ ਨੇ ਸਾਨੂੰ ਗੁਲਾਮ ਕਰ ਲਿਆ ਅਤੇ ਕਈ ਸਦੀਆਂ ਗੁਲਾਮ ਰੱਖਿਆ। 12 ਸਦੀਆਂ ਗੁਲਾਮ ਰਹਿਣ ਤੋਂ ਬਾਅਦ ਜਦੋਂ ਗੁਰੂ ਸਾਹਿਬ ਨੇ ਸਾਨੂੰ ਸੰਪੂਰਨ ਮਨੁੱਖ ਦੁਬਾਰਾ ਤੋਂ ਬਣਾਇਆ, ਸਾਨੂੰ ਉਹਨਾਂ ਨੇ ਕੇਸ ਰੱਖਣ ਦੀ ਪੱਕੀ ਹਦਾਇਤ ਕੀਤੀ, ਤਾਂ ਸਾਡੇ ਮਾਨਸਿਕ ਸ਼ਕਤੀ, ਸਾਡੇ ਵਿੱਚ ਮਨੋਵਿਗਿਆਨਕ ਸ਼ਕਤੀ, ਅਧਿਆਤਮਕ ਸ਼ਕਤੀ, ਸਰੀਰਕ ਸ਼ਕਤੀ, ਮਤਲਬ ਕਿ ਸਭ ਤਰ੍ਹਾਂ ਦੀਆਂ ਸ਼ਕਤੀਆਂ ਸਾਡੇ ਅੰਦਰ ਆ ਗਈਆਂ। ਗੁਰੂ ਦੀ ਮਿਹਰ ਦੇ ਨਾਲ ਇਹ ਸਾਰਾ ਕੁਝ ਵਾਪਰਿਆ ਅਤੇ ਕੁਛ ਹੀ ਸਾਲਾਂ ਦੇ ਵਿੱਚ ਜਿਹੜੇ ਅਜਿਹੇ ਮਨੁੱਖ ਜਿਨ੍ਹਾਂ ਨੇ ਕਦੇ ਕਦ ਵੀ ਨਹੀਂ ਚਲਾਈ ਸੀ, ਜਿਹੜੇ ਚਿੜੀ ਦੇ ਫੜਕਣ ਦੇ ਨਾਲ ਵੀ ਡਰ ਜਾਂਦੇ ਸਨ, ਇਤਨੇ ਡਰਪੋਕ ਬੰਦਿਆਂ ਦੇ ਵਿੱਚ ਉਹ ਰੂਹ ਫੂਕ ਦਿੱਤੀ ਕਿ ਉਹਨਾਂ ਨੇ 12 ਸਦੀਆਂ ਦੇ ਵਿੱਚ ਜਿਹੜੀ ਅਸਟੈਬਲਿਸ਼ ਹੋਈ ਹੋਈ ਮੁਗਲ ਸਲਤਨਤ ਸੀ ਉਸ ਨੂੰ ਕੁਛ ਹੀ ਸਾਲਾਂ ਦੇ ਵਿੱਚ ਤਹਿਸ ਨਹਿਸ ਕਰ ਦਿੱਤਾ। ਅਤੇ ਫਲ ਸਰੂਪ ਬਾਬਾ ਬੰਦਾ ਸਿੰਘ ਬਹਾਦਰ ਨੇ ਕੁਛ ਹੀ ਸਾਲਾਂ ਬਾਅਦ ਖਾਲਸਾ ਰਾਜ ਕਾਇਮ ਕਰ ਲਿਆ। ਪਰ ਇਹ ਖਾਲਸਾ ਰਾਜ ਕਾਇਮ ਕਰਨ ਵਾਸਤੇ ਸਿੱਖਾਂ ਨੂੰ, ਖਾਸ ਕਰਕੇ ਸਿੱਖਾਂ ਨੂੰ ਬਹੁਤ ਕੁਰਬਾਨੀਆਂ ਦੇਣੀਆਂ ਪਈਆਂ, ਇਹ ਇਤਿਹਾਸ ਆਪਾਂ ਜਾਣਦੇ ਹੀ ਹਾਂ। ਇਹ ਹੈ ਕ੍ਰਿਸ਼ਮਾ ਜੋ ਉਸ ਦਿਨ ਵਾਪਰਿਆ, ਇਸਨੇ ਸਾਨੂੰ ਇੱਕ ਆਈਡੈਂਟੀ ਦਿੱਤੀ। ਆਈਡੈਂਟੀ ਤੋਂ ਇਲਾਵਾ ਇਸਨੇ ਖਾਸ ਸਾਡਾ ਵਿਅਕਤੀਤਵ ਸਿਰਜਿਆ, ਇੱਕ ਨਵਾਂ ਸਮਾਜ ਸਿਰਜਿਆ ਜਿਸ ਵਿੱਚ ਸਾਰੇ ਇਕੁਅਲ ਸਨ, ਏਕ ਪਿਤਾ ਏਕ ਸਕੇ ਹਮ ਬਾਰਿਕ ਸਨ। ਪੰਜਾਂ ਪਿਆਰਿਆਂ ਦੇ ਵੀ ਜਿਹੜੀ ਅਖੌਤੀ ਜਾਤ ਸੀਗੀ ਉਹ ਅਲੱਗ ਅਲੱਗ ਜਾਤਾਂ ਤੋਂ ਆਏ ਸੀ, ਕੋਈ ਖੱਤਰੀ ਸੀ, ਕੋਈ ਨਾਈ ਸੀ, ਕੋਈ ਛਿੰਭਾ ਸੀ, ਕੋਈ ਕੁਛ ਸੀ, ਅਤੇ ਸਾਰੇ ਜਿਹੜੇ ਆ ਕੇ ਉਹ ਖਾਲਸਾ ਬਣ ਗਏ, ਸਾਰੇ ਸਿੰਘ ਬਣ ਗਏ, ਸਾਰੇ ਕੌਰ ਬਣ ਗਏ, ਸਾਰੇ ਜੋ ਪਹਿਲਾਂ ਗਿੱਦੜ ਸਨ ਉਹ ਸ਼ੇਰਾਂ ਵਾਂਗੂ ਭਵਕਾ ਮਾਰਨ ਲੱਗ ਪਏ। ਅਤੇ ਇਸ ਦਾ ਇਹ ਮਨੋਵਿਗਿਆਨਕ ਅਸਰ ਇਹ ਹੋਇਆ, ਇਹ ਨਾ ਜੋ ਅਸੀਂ ਡਰੈਸ ਪਾਉਂਦੇ ਹਾਂ ਉਹਦਾ ਸਾਡੇ ਮਨ 'ਤੇ ਅਸਰ ਹੁੰਦਾ। ਇਹ ਜਿਹੜੀ ਸਾਡੀ ਉਹਨਾਂ ਨੇ ਰਹਿਤ ਮਰਿਆਦਾ ਦਿੱਤੀ, ਇਸ ਦਾ ਸਾਡੇ ਮਨ ਦੇ ਉੱਤੇ ਮਨੋਵਿਗਿਆਨਕ ਤੌਰ 'ਤੇ ਇਹ ਅਸਰ ਹੋਇਆ ਕਿ ਜੋ ਖਾਲਸਾ ਪੰਥ ਸੀ ਉਹ ਆਪਣੇ ਆਪ ਨੂੰ ਇਸ ਸਮਰੱਥ ਸਮਝਣ ਲੱਗ ਗਿਆ ਕਿ ਉਹ ਮੁਗਲ ਸਲਤਨਤ ਨੂੰ ਉਖੇੜ ਸਕਦਾ ਹੈ। ਅਤੇ ਉਹ 40 ਸਿੰਘ ਜੋ 10 ਲੱਖ ਦੀ ਫੌਜ ਨਾਲ ਚਮਕੌਰ ਸਾਹਿਬ ਵਿੱਚ ਜੁੱਝੇ, ਉਹ ਇਸੇ ਮਨੋਵਿਗਿਆਨਕ ਦਾ ਜੋ ਤਬਦੀਲੀ ਹੋਈ ਸੀ ਉਹਦਾ ਹੀ ਨਤੀਜਾ ਸੀ।
ਅਤੇ ਇਸ ਤਰੀਕੇ ਦੇ ਨਾਲ ਦੇਸ਼ ਨੂੰ ਆਜ਼ਾਦ ਕਰਾਇਆ ਖਾਲਸਾ ਪੰਥ ਨੇ ਅਤੇ ਗੁਰੂ ਸਾਹਿਬ ਦੀ ਖੰਡੇ ਦੀ ਪਹਿਲ ਨੇ। ਅਤੇ ਇਸ ਤੋਂ ਬਾਅਦ ਇਹ ਹੈ ਕਿ ਇਹ ਜੋ ਗੱਲ ਹੈ ਕਿ ਸੋਚਣ ਵਾਲੀ ਹੈ ਕਿ ਇਹ ਪਹਿਲਾਂ ਵੀ ਮੈਂ ਕਹਿ ਚੁੱਕੀ ਹਾਂ ਕਿ ਇੱਕ ਦਿਨ ਦਾ ਕੰਮ ਨਹੀਂ ਸੀ, ਇਹ ਗੁਰੂ ਨਾਨਕ ਦੇਵ ਜੀ ਤੋਂ ਹੀ ਇਹ ਚੱਲੀ ਆ ਰਹੀ ਸੀ ਕਿ ਬੰਦੇ ਦੀ ਮਨੁੱਖ ਦੀ ਜੋ ਕਮਜ਼ੋਰ ਬਿਰਤੀ ਹੈ ਉਸ ਦੇ ਵਿੱਚ ਤਬਦੀਲੀ ਲਿਆ ਕੇ ਇਸ ਨੂੰ ਸਟਰੋਂਗ ਬਣਾਇਆ ਜਾਏ, ਨਿਰਭੈ ਬਣਾਇਆ ਜਾਏ, ਨਿਰਵੈਰ ਬਣਾਇਆ ਜਾਏ, ਅਤੇ ਜਦੋਂ ਇਸ ਨੂੰ ਖਾਲਸਾ ਪੰਥ ਨੂੰ ਆਪਣਾ ਰਾਜ ਸਥਾਪਿਤ ਕਰਨ ਦਾ ਮੌਕਾ ਮਿਲਿਆ ਤਾਂ ਇਸਨੇ ਕਦੇ ਕਿਸੇ ਉੱਤੇ ਜ਼ੁਲਮ ਨਹੀਂ ਕੀਤਾ। ਕਿਉਂਕਿ ਇਹ ਕੇਸਾਂ ਦੀ ਗੱਲ ਮੈਂ ਸ਼ਾਰਟ ਵਿੱਚ ਦੱਸੀ ਹੈ। ਦੂਜੀ ਹੈ ਕਿਰਪਾਨ ਦੀ ਗੱਲ। ਕਿਰਪਾਨ ਤਲਵਾਰ ਹੀ ਹੁੰਦੀ ਹੈ, ਪਰ ਗੁਰੂ ਸਾਹਿਬ ਨੇ ਇਸਦਾ ਨਾਮਕਰਨ ਕਰਕੇ ਕਿਰਪਾਨ ਕੀਤਾ। ਇਸਦਾ ਮਤਲਬ ਇਹ ਹੈ ਕਿ ਵਾਹਿਗੁਰੂ ਦੀ ਕਿਰਪਾ ਦੇ ਨਾਲ ਮੈਂ ਆਪਣੀ ਆਨ ਅਤੇ ਅਬਲਾਵਾਂ ਦੀ ਆਨ, ਨੀਵਿਆਂ ਦੀ ਆਨ ਬਚਾਉਣ ਵਾਸਤੇ ਇਸ ਸ਼ਸਤਰ ਦੀ ਵਰਤੋਂ ਕਰਨੀ ਹੈ। ਹਰ ਇੱਕ ਚੀਜ਼ ਦਾ ਨਾਮ ਦਾ ਵੀ ਜਿਵੇਂ ਪੰਜਾਂ ਪਿਆਰਿਆਂ ਦੇ ਨਾਮ ਦਾ ਸਾਡੇ ਮਨ 'ਤੇ ਅਸਰ ਪੈਂਦਾ ਕਿ ਦਇਆ ਚਾਹੀਦੀ ਹੈ, ਧਰਮ ਚਾਹੀਦੀ ਹੈ। ਇਸੇ ਤਰ੍ਹਾਂ ਜਦੋਂ ਅਸੀਂ ਕਹਿੰਦੇ ਹਾਂ ਕਿਰਪਾਨ, ਅਸੀਂ ਤਲਵਾਰ ਕਹਾਂਗੇ ਤਾਂ ਅਸੀਂ ਜ਼ੁਲਮ ਵੀ ਕਰ ਸਕਦੇ ਹਾਂ। ਜਦੋਂ ਅਸੀਂ ਕਹਿੰਦੇ ਹਾਂ ਕਿਰਪਾਨ ਅਤੇ ਇਹਦੇ ਮੀਨਿੰਗ ਵੱਲ ਜਾਈਏ ਤਾਂ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਆਨ ਬਚਾਉਣ ਵਾਸਤੇ ਅਸੀਂ ਆਪਣੀ ਇਸ ਸ਼ਸਤਰ ਨੂੰ ਚੁੱਕਣਾ ਹੈ। ਹਾਂਜੀ, ਤੀਸਰਾ ਹੈ ਕੰਘਾ। ਕੰਘੇ ਦਾ ਮਤਲਬ ਇਹ ਹੈ ਕਿ ਗੁਰੂ ਸਾਹਿਬ ਕਹਿੰਦੇ ਨੇ ਮੇਰਾ ਸਿੱਖ ਬਾਂਕਾ ਹੋ ਕੇ ਰਹੇ, ਸੁਸਤ ਨਾ ਬਣਿਆ ਰਹੇ, ਆਲਸੀ ਨਾ ਬਣੇ। ਇਹ ਨਾ ਹੋਵੇ ਕਿ ਸਵੇਰੇ ਉੱਠਿਆ ਆਏ ਅਤੇ ਸਾਰਾ ਦਿਨ ਸਿਰ ਨਹੀਂ ਵਾਹਿਆ, ਜਿਵੇਂ ਆਪਾਂ ਇੰਝ ਕਹਿੰਦੇ ਦੇਖਦੇ ਹਾਂ ਘਰਾਂ ਵਿੱਚ ਕੁੜੀਆਂ ਉੱਠਦੀਆਂ ਨੇ, ਬੱਚੇ ਉੱਠਦੇ ਨੇ, ਸਵੇਰੇ ਉੱਠ ਕੇ ਆਪਣਾ ਨਾ ਪਾਠ ਕੀਤਾ। ਅੱਜ ਕੱਲ੍ਹ ਤਾਂ ਸਾਡਾ ਬਹੁਤ ਹੀ ਗਿਰਾਵਟ ਆ ਚੁੱਕੀ ਹੈ, ਜਿਸ ਦੇ ਵੱਲ ਧਿਆਨ ਦੇਣ ਦੀ ਲੋੜ ਹੈ, ਬੱਚਿਆਂ ਨੂੰ ਵੀ ਇਹਨਾਂ ਗਰੁੱਪਾਂ ਵਿੱਚ ਸ਼ਾਮਿਲ ਕਰਨ ਦੀ ਲੋੜ ਹੈ। ਅਤੇ ਇਹ ਹੁਣ ਜੋ ਗਿਰਾਵਟ ਆ ਰਹੀ ਹੈ ਅਤੇ ਗੁਰੂ ਸਾਹਿਬ ਦੇ ਸਮੇਂ ਵੀ ਹੋਏਗੀ। ਉਹਨਾਂ ਨੇ ਸਾਨੂੰ ਇਹ ਸਮਝਾਇਆ ਕਿ ਕੰਘਾ ਦੋਨੋਂ ਵਕਤ ਕਰ ਪਾਗ ਚੁਣੇ ਕਰ ਬਾਂਧਈ, ਦਾਤਨ ਨੀਤ ਕਰੇ ਨਾ ਦੁੱਖ ਪਾਵੇ ਲਾਲ ਜੀ। ਇਹ ਭਾਈ ਨੰਦ ਲਾਲ ਜੀ ਦੇ ਕੁਸ਼ਚਨ ਦੇ ਜਵਾਬ ਵਿੱਚ ਗੁਰੂ ਸਾਹਿਬ ਨੇ ਕਿਹਾ ਸੀ ਕਿ ਮੇਰਾ ਸਿੱਖ ਜਿਹੜਾ ਉਹ ਸਮਾਰਟ ਹੋ ਕੇ ਰਹੇ, ਆਲਸੀ ਨਾ ਬਣੇ, ਦੋ ਵਾਰੀ ਕੰਘਾ ਕਰੇ, ਪੱਗ ਚੁਣ ਕੇ ਬੰਨੇ, ਇੰਝ ਹੀ ਨਹੀਂ ਕਿ ਉੱਪਰ ਰੱਖ ਲਈ ਟੋਪੀ ਵਾਂਗੂ। ਉਸ ਦਾ ਹਰ ਵੇਲੇ ਤੁਸੀਂ ਤਿਆਰ ਬਾਰ ਤਿਆਰ ਰਹਿਣਾ ਹੈ। ਅਤੇ ਇਹ ਹੈ ਕੰਘੇ ਦੀ ਜੋ ਸ਼ੋਰਟ ਦੇ ਵਿੱਚ ਇੰਪੋਰਟੈਂਸ ਹੈ। ਫਿਰ ਹੈ ਕਛਹਿਰਾ। ਕਛਹਿਰਾ ਸਾਡੇ ਜਤੀ ਸਤੀ ਹੋਣ ਦਾ ਪ੍ਰਮਾਣੀਕ ਹੈ। ਆਪਾਂ ਜਾਣਦੇ ਹਾਂ ਕਿ ਜਿਸ ਵੇਲੇ ਯੁੱਧਾਂ ਜੰਗਾਂ ਦੇ ਵਿੱਚ ਸਿੰਘ ਜਾਂਦੇ ਸਨ ਤਾਂ ਉਹਨਾਂ ਨੂੰ ਕਹਿੰਦੇ ਸਨ ਸਾਰੇ ਕੱਛ ਵਾਲਾ ਬਾਬਾ ਆ ਗਿਆ। ਜਿਵੇਂ ਹਰੀ ਸਿੰਘ ਨਲੂਆ ਦੇ ਬਾਰੇ ਆਮ ਮਸ਼ਹੂਰ ਹੈ, ਨਲੂਆ ਆ ਗਿਆ, ਉਹ ਕੱਛ ਵਾਲੇ ਬਾਬੇ ਤੂੰ ਮੇਰੀ ਮਦਦ ਕਰ। ਇਸ ਤਰ੍ਹਾਂ ਦੀ ਆਪਾਂ ਪੜ੍ਹਦੇ ਹਾਂ ਹਰੀ ਸਿੰਘ ਨਲੂਆ ਦੇ ਬਾਰੇ ਇਤਿਹਾਸ ਦੇ ਵਿੱਚ ਲਿਖੀਆਂ ਹੋਈਆਂ ਗੱਲਾਂ। ਅਤੇ ਇਹ ਕੱਛੇ ਦਾ ਮਤਲਬ ਕਛਹਿਰਾ ਹੈ, ਕੱਛਾ ਆਮ ਕਛਹਿਰਾ ਨਹੀਂ, ਆਮ ਅੰਡਰਵੀਅਰ ਨਹੀਂ ਹੈ। ਇਹ ਕਛਹਿਰਾ ਜੋ ਹੈ ਇਸਦੀ ਖਾਸ ਸ਼ੇਪ ਜੋ ਨਿਰਧਾਰਿਤ ਕੀਤੀ ਗਈ ਹੈ, ਇਸ ਦੇ ਨਾਲ ਦੇਖਣ ਵਾਲੇ ਦੇ ਮਨ ਦੇ ਵਿੱਚ ਕਾਮ ਨਹੀਂ ਉਪਜਦਾ। ਅਤੇ ਦੂਜੀ ਗੱਲ ਇਹ ਹੈ ਕਿ ਜੰਗਾਂ ਯੁੱਧਾਂ ਦੇ ਵਿੱਚ ਜਦੋਂ ਜਾਣਾ ਹੁੰਦਾ ਹੈ, ਜੇ ਅਸੀਂ ਨਿੱਕਰ ਟਾਈਪ ਕੱਛਾ ਪਾਵਾਂਗੇ ਤਾਂ ਉਸ ਵੇਲੇ ਅਸੀਂ ਉਹਦੇ ਘੋੜੇ ਉੱਤੇ ਨਹੀਂ ਚੜ੍ਹ ਸਕਾਂਗੇ। ਇਹ ਖੁੱਲ੍ਹਾ ਹੁੰਦਾ ਹੈ, ਮੂਵਮੈਂਟ ਆਰਾਮ ਨਾਲ ਹੋ ਜਾਂਦੀ ਹੈ। ਉਸ ਵਕਤ ਇਸ ਚੀਜ਼ ਦੀ ਬਹੁਤ ਲੋੜ ਸੀ, ਲੇਕਿਨ ਹੁਣ ਵੀ ਇਸ ਦੀ ਲੋੜ ਤੋਂ ਮੁਨਕਦ ਨਹੀਂ ਹੋਇਆ ਜਾ ਸਕਦਾ, ਕਿਉਂਕਿ ਸਿੱਖ ਨੇ ਜਤੀ ਸਤੀ ਹੋ ਕੇ ਰਹਿਣਾ ਹੈ। ਇਤਿਹਾਸ ਦੀ ਘਟਨਾ ਹੈ ਕਿ ਇੱਕ ਵਾਰੀ ਦੀ ਗੱਲ ਹੈ ਕਿ ਹਰੀ ਸਿੰਘ ਨਲੂਆ ਅਫਗਾਨਿਸਤਾਨ ਉੱਤੇ ਹਮਲਾ ਕਰਨ ਜਾ ਰਿਹਾ ਸੀ ਅਤੇ ਉੱਥੋਂ ਦਾ ਜਿਹੜਾ ਰਾਜਾ ਸੀ ਉਸ ਨੂੰ ਕੰਸੋਹ ਮਿਲ ਗਈ ਕਿ ਹਰੀ ਸਿੰਘ ਨਲੂਆ ਆ ਰਿਹਾ। ਅਤੇ ਪਠਾਨ ਕਿਸੇ ਕੋਲੋਂ ਤਾਂ ਹਾਰ ਨਹੀਂ ਕਿਸੇ ਸਕੇ, ਅੱਜ ਤੱਕ ਅਮਰੀਕਾ ਵੀ ਉਹਨਾਂ ਨੂੰ ਨਹੀਂ ਹਰਾ ਸਕਿਆ ਅਫਗਾਨਿਸਤਾਨ ਨੂੰ, ਪਰ ਹਰੀ ਸਿੰਘ ਨਲੂਏ ਕੋਲੋਂ ਬਹੁਤ ਡਰਦੇ ਸਨ।
ਖਾਲਸਾ ਪੰਥ ਕੋਲੋਂ ਬਹੁਤ ਡਰਦੇ ਸੀ, ਉਹਨਾਂ ਨੂੰ ਪਤਾ ਸੀ ਕਿ ਇਹਨਾਂ ਨੇ ਸਾਨੂੰ ਓਵਰ ਪਾਵਰ ਕਰ ਲੈਣਾ, ਅਤੇ ਉਹਨੇ ਆਪਣੀ ਮੰਗੇਤਰ ਸੀ ਜਿਸਦਾ ਨਾਮ ਸੀ ਬਾਨੋ, ਉਹਨੂੰ ਕਿਹਾ ਕਿ ਤੂੰ ਫਟਾਫਟ ਨਿਕਲ ਚਲੀਏ, ਹਰੀ ਸਿੰਘ ਨਲਵਾ ਆ ਰਿਹਾ, ਅਸੀਂ ਸਾਰੇ ਮਾਰ ਹੀ ਜਾਵਾਂਗੇ। ਅਤੇ ਉਹ ਕਹਿਣ ਲੱਗੀ ਕਿ ਤੂੰ ਤਾਂ ਕਹਿੰਦਾ ਸੀ ਮੈਂ ਬੜਾ ਬਹਾਦਰ ਹਾਂ, ਮੇਰੇ ਸਾਹਮਣੇ ਕੋਈ ਟਿਕ ਨਹੀਂ ਸਕਦਾ, ਅਤੇ ਅੱਜ ਤੋਂ ਇੱਕ ਸਿੱਖ ਹਲੇ ਪਹੁੰਚਿਆ ਵੀ ਨਹੀਂ ਹੈ, ਅਤੇ ਤੂੰ ਨਹੀਂ ਡਰੀ ਜਾਂਦਾ। ਅਤੇ ਉਹ ਕਹਿੰਦਾ ਹੁਣ ਗੱਲਾਂ ਕਰਨ ਦਾ ਸਮਾਂ ਨਹੀਂ ਹੈ, ਜੇ ਜਾਨ ਬਚਾਉਣੀ ਹੈ ਤੂੰ ਆ ਜਾ। ਅਤੇ ਉਹ ਕਹਿੰਦੀ ਮੈਂ ਤਾਂ ਤੇਰੇ ਨਾਲ ਵਿਆਹ ਨਿਕਾਹ ਕਰਨ ਲਈ ਤਿਆਰ ਹੀ ਤਾਂ ਹੋਈ ਸੀ ਕਿ ਤੂੰ ਇਤਨਾ ਬਹਾਦਰ ਹੈ, ਜੇ ਤੂੰ ਇੰਨਾ ਡਰਪੋਕ, ਕਹਿੰਦੇ ਮੈਂ ਤੇਰੇ ਵੱਲ ਜਾਂ ਤੇਰੇ ਕੋਲ ਨਹੀਂ ਜਾਂਦੀ, ਮੈਂ ਹਰੀ ਸਿੰਘ ਨਲਵਾ ਕੋਲ ਜਾਵਾਂਗੀ। ਉਹ ਹਰੀ ਸਿੰਘ ਨਲਵਾ ਕੋਲ ਆ ਗਈ, ਅਤੇ ਉਸਨੇ ਆ ਕੇ ਉਸਨੂੰ ਪਹਿਲਾਂ ਤਾਂ ਨਮਸਕਾਰ ਕੀਤੀ, ਫਿਰ ਇੱਕ ਗੱਲ ਉਹਨੇ ਅਜਿਹੀ ਕਹੀ ਜਿਹੜੀ ਕਿ ਆਚਰਨ ਦੇ ਉਲਟ ਹੈ। ਉਸਨੇ ਇਹ ਗੱਲ ਕਹੀ ਹਰੀ ਸਿੰਘ ਨਲਵਾ ਨੂੰ ਕਿ ਮੈਂ ਚਾਹੁੰਦੀ ਹਾਂ ਕਿ ਤੂੰ ਮੇਰੇ ਨਾਲ ਨਿਕਾਹ ਕਰ ਲੈ, ਮੇਰੀ ਇੱਛਾ ਹੈ ਕਿ ਮੇਰੀ ਕੁੱਖ ਵਿੱਚੋਂ ਇੱਕ ਬੱਚਾ ਐਸਾ ਪੈਦਾ ਹੋਵੇ ਜਿਹੜਾ ਕਿ ਤੇਰੇ ਵਾਂਗੂ ਬਹਾਦਰ ਹੋਵੇ। ਉਸਦੀ ਸ਼ਖਸੀਅਤ ਤੋਂ ਬੜੀ ਪ੍ਰਭਾਵਿਤ ਹੋਈ ਅਤੇ ਉਹਨੇ ਇਹ ਗੱਲ ਕਹੀ, ਅਤੇ ਹਰੀ ਸਿੰਘ ਨਲਵਾ ਨੇ ਸੁਣਦਿਆਂ ਹੀ ਬਹੁਤ ਗੁੱਸਾ ਚੜਿਆ ਅਤੇ ਕਹਿੰਦੇ ਤੂੰ ਨਿਕਲ ਜਾ ਇੱਥੋਂ, ਇਹੋ ਜਿਹੀ ਗੱਲ ਕਰਨ ਆਈ ਹੈ ਤਾਂ। ਅਤੇ ਉਹ ਨਿਕਲ ਤਾਂ ਕਈ ਵਾਰ ਜਾਣ ਲੱਗਿਆ, ਕਹਿੰਦੀ ਮੈਂ ਸੁਣਿਆ ਸੀ ਕਿ ਇਹ ਸਿੱਖ ਜਿਹੜੇ ਨੇ ਉਹ ਕਿਸੇ ਦੀ ਬੇਨਤੀ ਅਪ੍ਰਵਾਨ ਨਹੀਂ ਕਰਦੇ, ਅਤੇ ਅੱਜ ਮੈਨੂੰ ਪਤਾ ਲੱਗ ਗਿਆ ਹੈ ਕਿ ਸਿੱਖ ਵੀ ਐਸੇ ਕੰਮ ਇਸ ਤਰ੍ਹਾਂ ਦੇ ਹੈਗੇ ਨੇ ਜਿਹੜੇ ਕਿ ਸਾਡੀ ਜੇ ਅਸੀਂ ਬੇਨਤੀ ਕਰੀਏ ਤਾਂ ਉਹ ਨਹੀਂ ਮੰਨਣਗੇ। ਤਾਂ ਉਹਨੇ ਕਿਹਾ ਅੱਛਾ ਕੋਈ ਨਹੀਂ ਤੂੰ ਆ, ਮੈਂ ਤੈਨੂੰ ਇੱਕ ਗੱਲ ਦੱਸਦਾ। ਉਹ ਆਈ ਅਤੇ ਉਹਨੇ ਕੀ ਕੀਤਾ ਕਿ ਇੱਕ ਚਾਦਰ ਉਹਦੇ ਸਿਰ ਦੇ ਉੱਤੇ ਢੱਕ ਦਿੱਤਾ ਉਹਦਾ ਸਿਰ, ਅਤੇ ਉਹਨੂੰ ਕਹਿਣ ਲੱਗਾ ਕਿ ਅੱਜ ਤੋਂ ਬਾਅਦ ਤੂੰ ਮੇਰੀ ਮਾਂ ਅਤੇ ਮੈਂ ਤੇਰਾ ਪੁੱਤਰ, ਮੈਂ ਤੇਰਾ ਪੁੱਤਰ ਹਾਂ। ਤੂੰ ਇਹ ਚਾਹੁੰਦੀ ਸੀ ਨਾ ਵੀ ਮੇਰੇ ਵਰਗਾ ਤੇਰਾ ਪੁੱਤਰ ਹੋਵੇ, ਅਤੇ ਮੈਂ ਤੇਰਾ ਪੁੱਤਰ ਹਾਂ, ਤੂੰ ਮੇਰੀ ਮਾਂ ਹੈ। ਉਹ ਬੜੀ ਹੈਰਾਨ ਹੋਈ, ਬੜੀ ਇੰਪ੍ਰੈਸ ਹੋਈ ਕਿ ਸਿੱਖਾਂ ਦਾ ਜੋ ਕੈਰੈਕਟਰ ਹੈ ਉਹ ਇਹੋ ਜਿਹਾ ਹੈ। ਇਸ ਗੱਲ ਵੱਲ ਸਾਨੂੰ ਧਿਆਨ ਦੇਣ ਦੀ ਲੋੜ ਹੈ। ਅੱਗੇ ਇੱਕ ਸਾਖੀ ਆਪਾਂ ਪੜ੍ਹੀ ਹੈ ਕਿ ਜਦੋਂ ਜੰਗਾਂ ਯੁੱਧਾਂ ਦੇ ਵਿੱਚ ਸਿੱਖ ਸੀਗੇ ਇੱਕ ਤੁਰਕਣੀ ਨੂੰ ਲਿਆਏ, ਅਤੇ ਉਹਨਾਂ ਨੇ ਗੁਰੂ ਸਾਹਿਬ ਨੂੰ ਕਿਹਾ ਕਿ ਦੱਸੋ ਅਸੀਂ ਇਹਦੇ ਨਾਲ ਕੀ ਸਲੂਕ ਕਰੀਏ। ਤਾਂ ਗੁਰੂ ਸਾਹਿਬ ਨੇ ਕਿਹਾ ਜਿੱਥੋਂ ਲਿਆਂਦੀ ਹੈ ਉੱਥੇ ਵਾਪਸ ਕਰਕੇ ਆਓ। ਅਤੇ ਉਹਨਾਂ ਨੇ ਕਿਹਾ ਜੇ ਤੁਰਕਾਂ ਦੇ ਹੱਥ ਸਾਡੀ ਕੋਈ ਹਿੰਦੂ ਜਾਂ ਸਿੱਖ ਔਰਤ ਆ ਜਾਂਦੀ ਹੈ ਤਾਂ ਉਹ ਤੁਸੀਂ ਪੱਤ ਲੁੱਟਦੇ ਹਨ, ਅਤੇ ਕੀ ਸਾਨੂੰ ਨਹੀਂ ਬਦਲਾ ਲੈਣਾ ਚਾਹੀਦਾ? ਤਾਂ ਗੁਰੂ ਸਾਹਿਬ ਨੇ ਕਿਹਾ ਕਿ ਸਿੱਖਾਂ ਨੇ ਇਹ ਕੰਮ ਨਹੀਂ ਕਰਨਾ, ਮੈਂ ਸਿੱਖਾਂ ਨੂੰ ਮਨੁੱਖਤਾ ਦੀ ਸਿਖਰ ਉੱਤੇ ਲੈ ਕੇ ਜਾਣਾ, ਜਿੱਥੋਂ ਇਹਨੂੰ ਲੈ ਕੇ ਆਏ ਹੋ ਉੱਥੇ ਹੀ ਛੱਡ ਕੇ ਆਓ, ਭਾਵੇਂ ਜੰਗ ਵਿੱਚ ਹੈ ਭਾਵੇਂ ਸ਼ਾਂਤੀ ਦੇ ਹਾਲਾਤ ਨੇ, ਤੁਸੀਂ ਔਰਤ ਦੀ ਇੱਜ਼ਤ ਉੱਤੇ ਹੱਥ ਨਹੀਂ ਚੁੱਕਣਾ। ਅਤੇ ਇਤਿਹਾਸ ਗਵਾਹ ਹੈ ਕਿ ਇਹਨਾਂ ਨੇ ਹਿੰਦੂਆਂ ਦੀਆਂ ਲੁੱਟੀਆਂ ਜਾ ਰਹੀਆਂ ਬੱਚੀਆਂ ਨੂੰ ਅਬਦਾਲੀ ਕੋਲੋਂ ਛੁਡਵਾ ਕੇ ਉਹਨਾਂ ਨੂੰ ਘਰੋਂ ਘਰੀ ਪਹੁੰਚਾਇਆ, ਅਤੇ ਇੱਕ ਵੀ ਐਗਜ਼ਾਮਪਲ ਐਸੀ ਨਹੀਂ ਹੈ ਕਿ ਕਿਸੇ ਦੀ ਪੱਤ ਕਿਸੇ ਨੇ ਸਿੱਖ ਨੇ ਲੁੱਟੀ ਹੋਵੇ। ਅਤੇ ਅੱਜ ਅਸੀਂ ਕਿੱਥੇ ਖਲੋਤੇ ਹਾਂ ਉਹ ਸਾਡੇ ਸਾਹਮਣੇ ਹੈ, ਠੀਕ ਹੈ ਜੀ। ਅਤੇ ਇਹ ਚੌਥਾ ਆ ਗਿਆ ਕੜਾ। ਕੜਾ ਜਿਹੜਾ ਹੈਗਾ ਉਹ ਸਾਨੂੰ ਵਹਿਮਾਂ ਭਰਮਾਂ ਤੋਂ ਦੂਰ ਕਰਦਾ। ਕਿਵੇਂ ਵਹਿਮਾਂ ਭਰਮਾਂ ਤੋਂ ਦੂਰ ਕਰਦਾ ਹੈ ਕਿ ਇੱਕ ਤਾਂ ਇਹ ਸਾਡੇ ਸੱਜੇ ਹੱਥ ਵਿੱਚ ਪਾਇਆ। ਜਿਹੜਾ ਕੰਮ ਅਸੀਂ ਕੋਈ ਵੀ ਕਦਮ ਕਾਂਡ ਕਰਨਾ ਹੈ ਜਾਂ ਕੋਈ ਪੁੱਠਾ ਕੰਮ ਕਰਨਾ, ਸਿੱਧਾ ਕੰਮ ਕਰਨਾ, ਸੱਜੇ ਹੱਥ ਨਾਲ ਕਰਦੇ ਹਾਂ। ਅਤੇ ਜਦੋਂ ਅਸੀਂ ਕੋਈ ਗਲਤ ਕੰਮ ਕਰਦੇ ਹਾਂ ਤਾਂ ਸੱਜਾ ਹੱਥ ਸਾਹਮਣੇ ਆਉਂਦਾ, ਸਾਨੂੰ ਗੁਰੂ ਸਾਹਿਬਾਨ ਦੀ ਸਿੱਖਿਆ ਯਾਦ ਆ ਜਾਂਦੀ ਹੈ ਕਿ ਅਸੀਂ ਇਹ ਕੰਮ ਨਹੀਂ ਕਰਨਾ, ਵਹਿਮਾਂ ਭਰਮਾਂ ਤੋਂ ਅਸੀਂ ਬਚ ਕੇ ਰਹਿਣਾ ਹੈ। ਇਹਦੇ ਵਿੱਚ ਵੀ ਇੱਕ ਸਾਖੀ ਹੈ ਕਿ ਜਿਵੇਂ ਸ਼ਨੀ ਦੇਵਤੇ ਵਾਲਾ ਆਇਆ ਸੀ ਅਤੇ ਗੁਰੂ ਸਾਹਿਬ ਨੇ ਸਿੱਖਾਂ ਨੂੰ ਪਰਖਣ ਵਾਸਤੇ ਉਹਨਾਂ ਨੂੰ ਇੱਕ ਲੋਹਿਆ ਦਾਨ ਕਰ ਦਿੱਤਾ, ਤਾਂ ਸਿੱਖਾਂ ਨੇ ਦੇਖਿਆ ਕਿ ਗੁਰੂ ਸਾਹਿਬ ਨੇ ਸ਼ਨੀ ਦੇਵਤੇ ਨੂੰ ਲੋਹਿਆ ਦਾਨ ਕਰ ਦਿੱਤਾ,
ਤਾਂ ਉਹਨਾਂ ਨੇ ਉਸੇ ਪੰਡਿਤ ਨੂੰ ਜਦੋਂ ਬਾਹਰ ਲੋਹਿਆ ਲੈ ਕੇ ਜਾ ਰਿਹਾ ਸੀ ਉਹਦੇ ਕੋਲੋਂ ਲੋਹਿਆ ਖੋਹ ਕੇ ਉਹਦੇ ਕੋਲੋਂ ਸਰ੍ਹੋਂ ਦਾ ਤੇਲ ਲੈ ਕੇ ਉਹਦੇ 'ਚ ਵੜੇ ਬਣਾ ਕੇ ਸਿੱਖਾਂ ਨੂੰ ਲੰਗਰ ਵਿੱਚ ਵਰਤਾ ਦਿੱਤੇ, ਪਕੌੜੇ ਬਣਾਏ, ਵੜੇ ਬਣਾਏ, ਅਤੇ ਜਿਹੜਾ ਲੋਹਿਆ ਸੀਗਾ ਉਸਦੇ ਕੜੇ ਬਣਾ ਕੇ ਪਾ ਲਏ ਅਤੇ ਗੁਰੂ ਸਾਹਿਬ ਨੂੰ ਆ ਕੇ ਕਿਹਾ ਤੁਸੀਂ ਸਾਨੂੰ ਤਾਂ ਕਹਿੰਦੇ ਹੋ ਕਿ ਵਹਿਮ ਭਰਮ ਕਰਨੇ ਨਹੀਂ ਅਤੇ ਆਪ ਤੁਸੀਂ ਲੋਹਿਆ ਦਾਨ ਕਰ ਦਿੱਤਾ, ਤਾਂ ਗੁਰੂ ਸਾਹਿਬ ਨੇ ਕਿਹਾ ਅੱਜ ਮੇਰਾ ਜੋ ਆਪਣਾ ਖਾਲਸਾ ਪੰਥ ਹੈ ਇਹ ਪਾਸ ਹੋ ਗਿਆ, ਮੈਂ ਤੁਹਾਡਾ ਟੈਸਟ ਲੈਣ ਵਾਸਤੇ ਇਹ ਕੀਤਾ ਸੀ ਅਤੇ ਮੈਨੂੰ ਪਤਾ ਲੱਗ ਗਿਆ ਕਿ ਮੇਰਾ ਖਾਲਸਾ ਹੁਣ ਇਸ ਮੁਕਾਮ 'ਤੇ ਪਹੁੰਚ ਚੁੱਕਿਆ ਹੈ ਕਿ ਉਹ ਕਦੇ ਵੀ ਕੋਈ ਗਲਤ ਕੰਮ ਨਹੀਂ ਕਰੇਗਾ, ਅਤੇ ਅੱਜ ਤੁਸੀਂ ਦੇਖ ਲਓ ਕਿ ਅਸੀਂ ਕਿੱਥੇ ਖੜ੍ਹੇ ਹਾਂ, ਕਿ ਗੁਰੂ ਸਾਹਿਬ ਸਾਡੇ ਉੱਤੇ ਖੁਸ਼ ਹੋ ਸਕਦੇ ਹਨ, ਜਿਹੜੇ ਗੁਰੂ ਸਾਹਿਬ ਨੇ ਸਾਡੇ ਵਾਸਤੇ ਆਪਣੇ ਚਾਰੇ ਪੁੱਤਰ ਵਾਰ ਦਿੱਤੇ ਅਤੇ ਅੱਜ ਅਸੀਂ ਮਾਵਾਂ ਉਹਨਾਂ ਪੁੱਤਰਾਂ ਨੂੰ ਆਪਣੇ ਪੁੱਤਰਾਂ ਨੂੰ ਦੇਖੀਏ ਕਿ ਕੀ ਉਹ ਬਾਬਾ ਅਜੀਤ ਸਿੰਘ ਜੀ ਵਰਗੇ ਲੱਗਦੇ ਹਨ, ਕੀ ਉਹ ਬਾਬਾ ਫਤਿਹ ਸਿੰਘ ਵਰਗੇ ਲੱਗਦੇ ਹਨ, ਜੇ ਨਹੀਂ ਤਾਂ ਫਿਰ ਅਸੀਂ ਸੁਚੇਤ ਹੋਈਏ, ਸੁਚੇਤ ਹੋਣ ਦੀ ਲੋੜ ਹੈ। ਉਹਨਾਂ ਨੇ ਕਿਹਾ ਸੀ ਇਨ ਪੁੱਤਰਨ ਕੇ ਸੀਸ ਪਰਵਾਨ ਦੀ ਸੁੱਤ ਚਾਰ ਚਾਰ ਮੋਏ ਤੋਂ ਕਿਆ ਪਿਆ ਜੀਵਤ ਕਈ ਹਜ਼ਾਰ, ਅਸੀਂ ਸਾਰੇ ਉਹਨਾਂ ਦੇ ਪੁੱਤਰ ਅਤੇ ਧੀਆਂ ਹਾਂ, ਉਹਨਾਂ ਨੇ ਸਾਡੇ ਕੋਲੋਂ ਆਪਣੇ ਚਾਰ ਪੁੱਤਰ ਵਾਰ ਦਿੱਤੇ, ਅੱਜ ਅਸੀਂ ਆਪਣੇ ਪੁੱਤਰ ਨੂੰ ਕੋਈ ਬੱਚੇ ਨੂੰ ਕੋਈ ਤਕਲੀਫ ਹੁੰਦੀ ਹੈ ਉਹ ਅਸੀਂ ਸਹਿ ਨਹੀਂ ਸਕਦੇ ਅਤੇ ਗੁਰੂ ਸਾਹਿਬ ਨੇ ਚਾਰੋਂ ਬੱਚੇ ਸਾਡੇ ਉੱਤੇ ਵਾਰ ਦਿੱਤੇ ਅਤੇ ਅੱਜ ਅਸੀਂ ਇੰਨਾ ਵੀ ਨਹੀਂ ਕਰ ਸਕਦੇ ਕਿ ਉਹ ਜੇ ਉਹਨਾਂ ਨੂੰ ਸਾਡੇ ਬੱਚਿਆਂ ਵਿੱਚੋਂ ਜਾਂ ਸਾਡੇ ਵਿੱਚੋਂ ਆਪਣੇ ਪੁੱਤਰਾਂ ਦੇ ਦਰਸ਼ਨ ਹੁੰਦੇ ਨੇ ਘੱਟ ਤੋਂ ਘੱਟ ਅਸੀਂ ਉਹਨਾਂ ਨੂੰ ਸਰੂਪ ਤਾਂ ਉਹੋ ਜਿਹਾ ਦਿਖਾ ਸਕੀਏ। ਸਾਨੂੰ ਸਾਰਿਆਂ ਨੂੰ ਸੁਚੇਤ ਹੋਣ ਦੀ ਲੋੜ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਰਹਿਤ ਬਹਿਤ ਵਿੱਚ ਪੱਕੇ ਕਰੀਏ। ਇਹ ਜੋ ਅੱਜ ਦਾ ਦਿਨ ਹੈਗਾ ਇਹਦਾ ਇੱਕ ਖਾਸ ਸੰਦੇਸ਼ ਹੈ। ਹੁਣ ਬੱਜਤ ਕੁਦਰਤਾਂ ਦੇ ਵਿੱਚ ਦੇਖ ਲਓ ਕੇਸ ਕਤਲ ਕਰਾਉਣੇ, ਚਲੋ ਕੇਸਾਂ ਦਾ ਤਾਂ ਬਹੁਤ ਲੰਬਾ ਟੋਪਿਕ ਹੈ, ਕੇਸ ਕਤਲ ਕਰਾਉਣੇ ਨਹੀਂ ਚਾਹੀਦੇ, ਕੁਛ ਇੰਪੋਰਟੈਂਸ ਮੈਂ ਦੱਸ ਦਿੱਤੀ ਹੈ, ਕੁਛ ਫਿਰ ਕਦੇ ਕਿਸੇ ਵੇਲੇ ਮੌਕਾ ਬਣਿਆ ਤਾਂ ਡਿਟੇਲ 'ਚ ਗੱਲ ਕਰ ਲਵਾਂਗੇ। ਤਾਂ ਇਸ ਤੋਂ ਬਾਅਦ ਦੂਜਾ ਜਿਹੜਾ ਇਹਦੇ 'ਚ ਹੈਗਾ ਨਸ਼ਿਆਂ ਦਾ, ਜਿਹੜਾ ਅੱਜ ਕੱਲ੍ਹ ਸਾਨੂੰ ਬਹੁਤ ਫੇਸ ਕਰਨਾ ਪੈ ਰਿਹਾ ਹੈ, ਅਤੇ ਗੁਰੂ ਸਾਹਿਬ ਨੇ ਸਾਨੂੰ ਨਸ਼ਿਆਂ ਤੋਂ ਦੂਰ ਕੀਤਾ, ਕੀ ਅਸੀਂ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕਰ ਸਕੇ ਹਾਂ? ਬਿਲਕੁਲ ਨਹੀਂ। ਮੈਂ ਆਪਣੇ ਪਰਸਨਲ ਲੈਵਲ 'ਤੇ ਗੱਲ ਨਹੀਂ ਕਰ ਰਹੀ, ਸਮੁੱਚੇ ਖਾਲਸਾ ਪੰਥ ਦੀ ਗੱਲ ਕਰ ਰਹੀ ਹਾਂ। ਜਿਵੇਂ ਅਸੀਂ ਗੁਰੂ ਸਾਹਿਬਾਨ ਦੇ ਪੁੱਤਰ ਹਾਂ, ਧੀਆਂ ਹਾਂ, ਇਸੇ ਤਰ੍ਹਾਂ ਸਾਰੇ ਪੰਥ ਦੇ ਪੁੱਤਰ ਧੀਆਂ ਸਾਡੇ ਹੀ ਪੁੱਤਰ ਧੀਆਂ ਹਨ। ਕੀ ਸਾਡੇ ਖਾਲਸਾ ਪੰਥ ਦੇ ਪੁੱਤਰ ਅਤੇ ਧੀਆਂ ਅੱਜ ਨਸ਼ਿਆਂ ਤੋਂ ਮੁਕਤ ਹਨ? ਇਸਦਾ ਤੁਹਾਨੂੰ ਰੋਜ਼ ਦੀਆਂ ਜੇ ਨਿਊਜ਼ ਸੁਣਾਂ ਤਾਂ ਤੁਹਾਨੂੰ ਆਪੇ ਜਵਾਬ ਮਿਲ ਜਾਏਗਾ ਕਿ ਸਾਡੇ ਪੁੱਤਰ ਧੀਆਂ ਅੱਜ ਕਿਸ ਰਾਹ 'ਤੇ ਤੁਰ ਪਏ ਹਨ। ਕੀ ਅਸੀਂ ਗੁਰੂ ਸਾਹਿਬ ਨੂੰ ਮੂੰਹ ਦਿਖਾਉਣ ਦੇ ਕਾਬਲ ਹਾਂ? ਜਿਹੜੇ ਸਾਨੂੰ ਸਿੱਖਿਆਵਾਂ ਅੱਜ ਦੇ ਦਿਨ ਗੁਰੂ ਸਾਹਿਬ ਨੇ ਦਿੱਤੀਆਂ ਸੀ, ਕਿ ਅਸੀਂ ਉਹ ਫੋਲੋ ਕਰ ਰਹੇ ਹਾਂ ਕਿ ਨਹੀਂ ਕਰ ਰਹੇ? ਤਾਂ ਇਹ ਠੀਕ ਹੈ ਜੀ, ਹਾਂ ਠੀਕ ਹੈ ਜੀ। ਅਤੇ ਹੁਣ ਇਹ ਗੁਰੂ ਸਾਹਿਬ ਨੇ ਖਾਲਸੇ ਨੂੰ ਜਿਸ ਵੇਲੇ ਪਾਹੁਲ ਦਿੱਤੀ, ਫਿਰ ਉਹਨਾਂ ਕੋਲੋਂ ਪਾਹੁਲ ਲਈ, ਤਾਂ ਉਹਨਾਂ ਨੇ ਕਿਹਾ ਸੀ ਖਾਲਸਾ ਮੇਰੋ ਸਤਿਗੁਰ ਪੂਰਾ, ਹੋਂ ਖਾਲਸੇ ਕਾ ਖਾਲਸਾ ਮੇਰੋ, ਭਾਵ ਇਹ ਹੈ ਕਿ ਉਹਨਾਂ ਨੇ ਆਪਣਾ ਆਪਾ ਸਾਨੂੰ ਦੇ ਦਿੱਤਾ। ਅਤੇ ਮੈਂ ਇੱਥੇ ਹੀ ਸਮਾਪਤ ਕਰਦੀ ਹਾਂ ਲਾਸਟ ਲਾਈਨ ਬੋਲ ਕੇ ਕਿ ਸਾਡੀ ਇਹ ਅੱਜ ਮੇਰਾ ਸੰਦੇਸ਼ ਹੈ ਇਸ ਮੌਕੇ ਦੇ ਉੱਤੇ, ਖਾਲਸਾ ਸਿਰਜਣਾ ਦਿਵਸ ਦੇ ਮੌਕੇ ਦੇ ਉੱਤੇ, ਕਿ ਅਸੀਂ ਜੋ ਸਰੂਪ, ਜੋ ਸਾਨੂੰ ਉਹਨਾਂ ਨੇ ਪੁਜ਼ੀਸ਼ਨ, ਜੋ ਸਟੇਟਸ ਗੁਰੂ ਸਾਹਿਬ ਨੇ ਦਿੱਤਾ ਸੀ, ਉਸ ਨੂੰ ਕਾਇਮ ਰੱਖਣ ਦੇ ਵਾਸਤੇ ਸਾਨੂੰ ਪ੍ਰੈਕਟੀਕਲੀ ਅਤੇ ਅਧਿਆਤਮਿਕ ਤੌਰ 'ਤੇ ਅਤੇ ਹੋਰ ਸਾਰੇ ਤਰੀਕਿਆਂ ਦੇ ਨਾਲ ਹੰਬਲੇ ਮਾਰਨੇ ਚਾਹੀਦੇ ਹਨ। ਇੰਨਾ ਕਹਿੰਦੇ ਹੋਏ ਮੈਂ ਆਪ ਜੀ ਕੋਲੋਂ ਫਤਿਹ ਬੁਲਾ ਕੇ ਖਿਮਾ ਦੀ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।